No, <laughs> ਜੀ ਮਹਾਰਾਜ ਸ਼ਬਦ ਤੀਸਰਾ ਤੋ ਕਾ ਮਤ ਖਾਣਾ ਜਗਿਆ ਪਿਆਰੇ ਤੋ ਖਾ ਮਤ ਖਾਣਾ ਜਗਿਆ ਤੋ ਖਾ ਮਤ ਖਾ ਆਏ ਪਿਆਰੇ ਤੂੰ ਖਾ ਮਤ ਖਾਣਾ ਜਗ ਆਏ ਇਹ ਬਾਣੀ ਸੁਆਮੀ ਜੀ ਮਹਾਰਾਏ ਦੀਏ ਜੋ ਕਿ ਸਾਡੇ ਨਾਲ ਵਰਤਮਾਨ ਹੁੰਦਾ ਹੈ ਸੋ ਸਤ ਬਾਣੀ ਚ ਲਿਖਦੇ ਅਸੀਂ ਹਰ ਗੱਲ ਦਾ ਧੋਖਾ ਖਾ ਰਹੇ ਹਾਂ ਇਹ ਮਨ ਸਾਨੂੰ ਧੋਖਾ ਦੇ ਰਿਹਾ ਮਨ ਦੀ ਗੱਲ ਅਸੀਂ ਬੜੀ ਛੇਤੀ ਮੰਨਦੇ ਹਾਂ ਔਰ ਸਤਗੁਰੂ ਦੀ ਨਹੀਂ ਮੰਨਦੇ ਮਾਣੇ ਇੱਕ ਸੈਕਿੰਡ ਦੇ ਵਿੱਚ ਸਾਨੂੰ ਬਦਲ ਲੈਂਦਾ ਹੈ ਸਤਗੁਰ ਸਾਰੀ ਜ਼ਿੰਦਗੀ ਲਾ ਦੇਵੇ ਭਾਵੇਂ ਜਿਤਨਾ ਮਰਜੀ ਇਹਦੇ ਨਾਲ ਪਰਵਕਾਰ ਕਰੇ ਉਹ ਸਾਰਾ ਭੁੱਲ ਜਾਂਦਾ ਹੈ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ ਐ ਪਿਆਰੇ ਦੇਖੀ ਕਿਤੇ ਧੋਖਾ ਨਾ ਲੱਗ ਜਾਏ ਹਜ਼ੂਰ ਮਹਾਰਾਜ ਬਾਬਾ ਸੋਣ ਸਿੰਘ ਜੀ ਕਈ ਵਾਰ ਸੰਗਤ ਜੋ ਸੰਤਾਲੀ ਦੇ ਪਹਿਲਾਂ ਸੰਗਤ ਦੇ ਵਿੱਚ ਫਰਮਾਉਂਦੇ ਹੁੰਦੇ ਸੀ ਜੇ ਪਸ਼ੂ ਮਰਿਆ ਕਿਸੇ ਦਾ ਛੱਡੋ ਗੁਰੂ ਨੂੰ ਜੇ ਕਿਸੇ ਦਾ ਬਿਜ਼ਨਸ ਡਾਊਨ ਹੋ ਗਿਆ ਤੇ ਛੱਡੋ ਗੁਰੂ ਨੂੰ ਜੇ ਫਸਲ ਮਾਰੇ ਗਿਆ ਤੇ ਛੱਡੋ ਗੁਰੂ ਨੂੰ ਜੇ ਕੋਈ ਬੰਦਾ ਨਸਕਾਨਿਆ ਗਿਆ ਤੇ ਛੱਡੋ ਗੁਰੂ ਨੂੰ ਇਹਨਾਂ ਕੰਮਾਂ ਦੇ ਵਿੱਚ ਗੁਰੂ ਦਾ ਕੋਈ ਮਤਵਲ ਨਹੀਂ ਹੈ ਅਸੀਂ ਇਹਨਾਂ ਕੰਮਾਂ ਦੇ ਵਿੱਚ ਮੁਰਸ਼ਿਦ ਨੂੰ ਰੱਖਿਆ ਇਹ ਚੀਜ਼ਾਂ ਸਾਡੇ ਕਰਮਾਂ ਅਨੁਸਾਰ ਵੱਧ ਘਟ ਹੁੰਦੀਆਂ ਰਹਿਣੀਆਂ ਨੇ ਅਗਰ ਅਸੀਂ ਇਹਨਾਂ ਚੀਜ਼ਾਂ ਦੇ ਪਿੱਛੇ ਲੱਗਾਂਗੇ ਤੇ ਅਸੀਂ ਮੁਰਸ਼ਿਦ ਦਾ ਪਿਆਰ ਜਿਹੜਾ ਹੋ ਨਹੀਂ ਲੈ ਸਕਦੇ ਨਾ ਹੀ ਸਾਨੂੰ ਕੁਝ ਵੀ ਮਿਲ ਸਕਦਾ ਹੈ ਮਨਸਾਨੂੰ ਧੋਖਾ ਦੇ ਦੇਗਾ ਕਿ ਵਿਛੜ ਜਾਵਾਂਗੇ ਵਿਛੜ ਕੇ ਚਰਾਸੀ ਚ ਜਾਵਾਂਗੇ ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਜਿਹੜੀ ਕੂੰਜ ਵਿਛੜ ਜਾਂਦੀ ਆਪਣੇ ਅੜਾਰ ਚੋਂ ਉਹ ਕੱਲੀ ਕੁਰਲਾਂਦੀ ਰਹਿੰਦੀ ਹੈ ਜ਼ਿੰਦਗੀ ਦੀ ਉਹ ਸਾਨੂੰ ਚਿੰਤਾ ਹੀ ਪਈ ਰਹਿੰਦੀ ਹੈ ਇਸੇ ਤਰ੍ਹਾਂ ਸਾਡੀ ਵੀ ਹਾਲਤ ਹੋ ਜਾਂਦੀ ਹੈ ਕਿ ਅਸੀਂ ਵੀ ਜਦ ਧੋਖਾ ਖਾ ਜਾਵਾਂਗੇ ਮਨ ਦਾ ਤਾਂ ਸਾਰੀ ਜ਼ਿੰਦਗੀ ਦੀ ਬਿਮਾਰੀ ਬਣ ਜਾਂਦੀ ਹੈ ਉਹ ਗੱਲ ਸਾਡੇ ਅੰਦਰੋਂ ਨਿਕਲ ਨਹੀਂ ਸਕਦੀ ਜਦੋਂ ਰਾਜੇ ਨੂੰ ਨਾਮ ਦਿੱਤਾ ਹੈ ਬਾਲੇ ਨਾਸਨਾ ਨਾਮ ਦਿੱਤਾ ਤੇ ਸਮਝਾਇਆ ਜਦੋਂ ਰਹਿਤਾਂ ਦਸੀਆਂ ਤੇ ਰਾਂਝਾ ਕਹਿੰਦਾ ਕਿ ਇਹ ਗੱਲਾਂ ਤੇ ਨਹੀਂ ਮੇਰੇ ਕੋਲ ਆ ਪੂਰੀਆਂ ਹੋਣੀਆਂ ਤੂੰ ਆਪਣਾ ਨਾਮ ਲੈ ਲੈ ਉਹਨੇ ਕਿਹਾ ਨਾਮ ਤੇ ਨਹੀਂ ਉਹ ਵਾਪਸ ਹੋ ਸਕਦਾ ਨਾਮ ਤੇ ਤੇਰੇ ਰੂਮ ਰੂਮ ਵਿੱਚ ਅਜ਼ਰ ਗਿਆ ਇਹ ਤੇਲ ਜਾਤੇ ਜਾਬ ਜਿਹੜਾ ਹੁੰਦਾ ਹੈ ਤੇ ਜਾਬ ਤੁਸੀਂ ਤਲੀ ਤੇ ਰੱਖੋ ਦੂਜੇ ਪਾਸੇ ਨਿਕਲ ਜਾਂਦਾ ਹੈ ਇਹ ਵਾਪਸ ਨਹੀਂ ਲਹਿਤਾ ਜਾਂਦਾ ਰਾਂਝੇ ਨੇ ਕਿਹਾ ਕਿ ਲੋਕੀ ਦੇਣ ਗਾਲਾਂ ਅਸੀਂ ਚੁੱਪ ਕਰੀਏ ਇਹ ਦੇ ਸਬਰ ਦੇ ਪੈਰ ਕਿਸੇ ਤੋਂ ਵਣੇ ਨੇ ਕਹਿੰਦੇ ਲੋਕੀ ਗਾਲਾਂ ਦੇਣਗੇ ਤੇ ਅਸੀਂ ਚੁੱਪ ਕਰਾਂਗੇ ਇੰਨਾ ਸਬਰ ਸਾਡੇ ਪਾਸੋਂ ਨਹੀਂ ਹੋਣਾ ਤੂੰ ਆਪਣਾ ਨਾਮ ਲੈ ਲੈ ਹੋਰਾਂ ਕਿਹਾ ਹੁਣ ਨਾਮ ਨਹੀਂ ਲੈਂਤਾ ਜਾਂਦਾ ਨਾਮ ਨਹੀਂ ਵਾਪਸ ਹੁੰਦਾ ਇਹ ਤੈਨੂੰ ਕਰਨਾ ਹੀ ਪਏਗਾ ਇਸ ਵਾਸਤੇ ਪਾਵੇਂ ਆਸੀਂ ਛੱਡ ਦਈਏ ਰੱਖ ਲਈਏ ਮੁਰਸ਼ਿਦ ਦਾ ਲਾੜ ਛੱਡ ਦਈਏ ਸਾਥ ਸੰਗਤ ਨੂੰ ਛੱਡ ਦਈਏ ਮਗਰ ਉਹ ਜਿਹੜੀ ਚੀਜ਼ ਵਿੱਚ ਅਤਰ ਗਈ ਹੈ ਉਹ ਨਹੀਂ ਨਿਕਲ ਸਕਦੀ ਉਹ ਇੱਕ ਚਿੰਤਾ ਦਾ ਖਜ਼ਾਨਾ ਬਣ ਜਾਂਦਾ ਬੰਦੇ ਨੂੰ ਮਨ ਧੋਖਾ ਦੇ ਦਿੰਦਾ ਬੜੇ ਬੜਿਆਂ ਨੂੰ ਧੋਖਾ ਮੰਨਣੇ ਦੇ ਦਿੱਤਾ ਪ੍ਰਸ ਰਿਸ਼ੀ ਜੀ ਯੋਗ ਅਭਿਆਸ ਕਰਕੇ ਆਪਣੇ ਘਰ ਨੂੰ ਜਾ ਰਹੇ ਸੀ ਦਰਿਆ ਨੂੰ ਲੰਘਦੇ ਹੀ ਧੋਖਾ ਲੱਗ ਗਿਆ ਮਨ ਨੇ ਧੋਖਾ ਦੇ ਦਿੱਤਾ ਮਾਰਿਆ ਗਿਆ ਮਾਰਿਆ ਗਿਆ ਜੋਗ ਵਿਆਸ ਜਿਹੜਾ ਖਤਮ ਹੋ ਗਿਆ ਦਰਵਾਸ਼ਾ ਜੀ ਜਿਸ ਦਾ ਆਦਰ ਮਾਣ ਕ੍ਰਿਸ਼ਨ ਭਗਵਾਨ ਵੀ ਮਹਾਰਾਜ ਕਰਦੇ ਹੁੰਦੇ ਸਨ ਪਛਰਨੇ ਆ ਕੇ ਸਰਵਗੰਗ ਸਵਰਗਾ ਜੋ ਟੋਟ ਲਿਆ ਧੋਖਾ ਦੇ ਗਿਆ ਮਨ ਮਨ ਦਾ ਧੋਖਾ ਦਿੱਤਾ ਹੋਇਆ ਜਿਹੜਾ ਇਹ ਕਦੀ ਵੀ ਪੂਰਾ ਨਹੀਂ ਹੋ ਸਕਦਾ 88000 ਵਰਸ ਰਿਸ਼ੀ ਨੇ ਤਪੱਸਿਆ ਕੀਤੀ ਮਨ ਨੇ ਧੋਖਾ ਦਿੱਤਾ 1 ਮਿੰਟਾਂ 'ਚ ਖਤਮ ਹੋ ਗਿਆ ਕਦ 88000 ਬਰਸ ਮੁੜ ਕੇ ਤਪੱਸਿਆ ਕਰੇਗਾ ਔਰ ਆਪਣੀ ਜਗ੍ਹਾ ਤੇ ਖੜਾ ਹੋਏਗਾ ਇਸ ਵਾਸਤੇ ਸਵਾਮੀ ਜੀ ਮਹਾਰਾਜ ਬਾਣੀ 'ਚ ਫਰਮਾ ਰਹੇ ਹੈ ਕਿ ਸਾਨੂੰ ਹਰ ਚੀਜ਼ ਧੋਖਾ ਦੇ ਰਹੀ ਹੈ ਸਾਡਾ ਸ਼ਰੀਰ ਸਾਨੂੰ ਧੋਖਾ ਦੇ ਰਿਹਾ ਹੈ ਸਾਡੀ ਅਕਲ ਸ਼ਕਲ ਸਾਨੂੰ ਧੋਖਾ ਦੇ ਰਹੀ ਹੈ ਸੂਰਦਾਸ ਅੰਨਾ ਨਹੀਂ ਸੀ ਹੈਗਾ ਸੂਰਦਾਸ ਅੰਨਾ ਨਹੀਂ ਸੀ ਅੰਨਾ ਹੋਇਆ ਸੀ ਕਿਉਂਕਿ ਅੱਖਾਂ ਨੂੰ ਸਮਝਾਇਆ ਖਾਂ ਅੱਖੇ ਨਹੀਂ ਲੱਗੀਆਂ ਬੜਾ ਸਮਝਾਇਆ ਉਸਨੇ ਬਹੁਤ ਕੋਸ਼ਿਸ਼ ਕੀਤੀ ਸਮਝਾਣ ਦੀ ਇਹ ਅੱਖਾਂ ਅੱਖੇ ਨਹੀਂ ਲੱਗੀਆਂ ਫਿਰ ਸਲਾਈਆਂ ਪੁਖਾ ਕੇ ਲੋਹੇ ਦੀਆਂ ਅੱਖਾਂ ਦੇ ਵਿੱਚ ਫੇਰ ਦਿੱਤੀਆਂ ਕਿ ਜੇ ਤੁਸੀਂ ਨਹੀਂ ਸਮਝਦੀਆਂ ਤੇ ਜ਼ਿੰਦਗੀ ਪਰ ਤੁਸੀਂ ਇਸ ਤਰ੍ਹਾਂ ਰਹੋਗੀ ਇਹ ਸਜ਼ਾ ਤਉਨੋ ਰਹੇਗੀ ਸੂਰਦਾਸ ਕੋਈ ਅੰਨਾ ਨਹੀਂ ਸੀ ਉਹ ਬਹੁਤ ਅਚਾਹੀ ਬੜੇ ਕਵਿਤਾ ਲਿਖਦਾ ਸੀ ਬਾਣੀ ਲਿਖਦਾ ਸੀ ਰਗ ਬਹੁਤ ਅੱਛੀ ਸੀ ਲੇਕਿਨ ਜਦੋਂ ਅੱਖਾਂ ਨੇ ਧੋਖਾ ਦਿੱਤਾ ਅੱਖਾਂ ਨੂੰ ਸਮਝਾਇਆ ਨਹੀਂ ਸਮਝਿਆ ਨਹੀਂ ਸਮਝਿਆ ਉਹਨੇ ਫਿਰ ਆਖਰ ਉਹਨੂੰ ਸਜ਼ਾ ਦੇ ਦਿੱਤੀ ਸਾਨੂੰ ਹਰ ਬੰਦੇ ਨੂੰ ਹਰ ਚੀਜ਼ ਸਾਡੇ ਸਰੀਰ ਜਿਹੜਾ ਇਹ ਸਾਡੀਆਂ ਅੱਖਾਂ ਸਾਨੂੰ ਧੋਖਾ ਦੇ ਰਹੀਆਂ ਸਾਡਾ ਬੋਲਚਾਲ ਸਾਨੂੰ ਕੰਨ ਸਾਨੂੰ ਧੋਖਾ ਦੇ ਰਿਹਾ ਸੁਣੀ ਸੁਣਾਈ ਗੱਲ ਤੋਂ ਅਸੀਂ ਲੜਾਈ ਝਗੜਾ ਕਰਕੇ ਤੋਂ ਜੇਲਾਂ ਵਿੱਚ ਜਾਣਾ ਸ਼ੁਰੂ ਕਰ ਦਿੰਨੇ ਆਂ ਦਾਲਤਾਂ 'ਚ ਭੁਗਦੇ ਆਂ ਹਰ ਚੀਜ਼ ਸਾਨੂੰ ਧੋਖਾ ਦੇ ਰਹੀ ਹੈ ਇਸ ਵਾਸਤੇ ਸਵਾਮੀ ਜੀ ਮਹਾਰਾਜ ਫਰਮਾਉਂਦੇ ਆ ਕਿ ਜੋ ਤੈਨੂੰ ਸਤਗੁਰ ਕਹਿੰਦਾ ਸੋ ਕਰ ਤੁਵੇ ਸੇ ਮਨ ਦੀ ਗੱਲ ਮੰਨੀ ਨਾ ਜਿਸ ਦਿਨ ਵੀ ਤੂੰ ਮਨ ਦੀ ਗੱਲ ਮੰਨੀ ਉਸ ਦਿਨ ਸਮਝ ਲੈ ਤੂੰ ਧੋਖਾ ਲੱਗ ਗਿਆ ਤੈਨੂੰ ਗੁਰ ਕਰੇ ਕਹੇ ਕਰੋ ਤਮ ਸੋਈ ਮਨ ਕੇ ਕੇ ਚੱਲੋ ਮਤ ਕੋਈ ਜਿਸ ਦਿਨ ਵੀ ਤੂੰ ਮਨ ਦੀ ਗੱਲ ਮੰਨੀ ਉਸ ਦਿਨ ਸਮਝ ਲੈ ਕਿ ਤੇਰਾ ਕੀਤਾ ਕਰਾਇਆ ਸਭ ਮਿੱਟੀ ਚ ਮਿਲ ਗਿਆ ਔਰ ਤੇਰੇ ਅੰਦਰ ਉਹ ਤਾਕਤ ਆ ਰਹੀ ਹੈ ਉਥੇ ਮਹਿਫਲਾਂ ਦਾ ਕੰਮ ਨਹੀਂ ਪਾਰਟੀਆਂ ਦਾ ਕੰਮ ਨਹੀਂ ਉਥੇ ਕੱਲਿਆਂ ਬੈਠ ਕੇ ਤੈਨੂੰ ਉਹਦੇ ਨਾਲ ਆਪਣੀ ਬਿਰਤੀ ਨੂੰ ਜੋੜਨਾ ਪੈਣਾ ਤੂੰ ਬੈਠੇ ਇਕੱਲਾ ਧਿਆਨ ਤਰ ਤੋ ਮਿਲੇ ਨਿਸ਼ਾਨੀ ਸ਼ਬਦ ਕੀ ਸਵਾਮੀ ਜੀ ਮਾਰੇ ਫਰਮਾਉਂਦੇ ਐ ਕਿ ਤੂੰ ਕੱਲਾ ਬੈਠ ਔਰ ਕੱਲਾ ਬੈਠ ਕੇ ਅੰਦਰ ਧਿਆਨ ਤਰ ਤੇਰੇ ਅੰਦਰ ਸ਼ਬਦ ਆ ਰਿਹਾ ਹੈ 24 ਘੰਟੇ ਆ ਰਿਹਾ ਹੈ ਇਹ ਮਹਿਫਲਾਂ ਦਾ ਕੋਈ ਕੰਮ ਨਹੀਂ ਪਾਰਟੀਆਂ ਦਾ ਕੋਈ ਕੰਮ ਨਹੀਂ ਤੈਨੂੰ ਕੱਲਿਆਂ ਹੀ ਬੈਠਣਾ ਪਏਗਾ ਕੱਲਿਆਂ ਬੈਠਣਾ ਬਹੁਤ ਔਖਾ ਹੈ ਕਈ ਵਾਰ ਅਸੀਂ ਵਿਚਾਰ ਕੀਤੀ ਹੈ ਕਿ ਬਾਬਾ ਜੀ ਨੇ ਇੱਕ ਛੋਟੀ ਜਿਹੀ ਜਗ੍ਹਾ ਦੇ ਵਿੱਚ ਪੰਜ ਛੇ ਫੋਟੋ ਗੋਫਾ ਦੇ ਵਿੱਚ ਕੱਲਿਆਂ ਬੈਠ ਕੇ ਤਪੱਸਿਆ ਕੀਤੀ 40 ਸਾਲ ਕਿਸੇ ਦੀ ਗੱਲ ਨਹੀਂ ਮੰਨੀ ਮਣ ਦੇ ਕਹਿਣੇ ਤੇ ਨਹੀਂ ਚਲੇ ਜੋ ਮੁਰਸ਼ਿਦ ਨੇ ਕਿਹਾ ਸੋ ਕੀਤਾ 40 ਸਾਲ ਤਪੱਸਿਆ ਕੀਤੀ ਮਾਨ ਦੀ ਨਹੀਂ ਮੰਨੀ ਇੱਕ ਛੋਟੀ ਜੀ ਜਗ੍ਹਾ ਦੀ ਇੰਨੀ ਜਗ੍ਹਾ ਫੈਲ ਗਈ ਏ ਇਤਨਾ ਉਸਦਾ ਵਾਦਾ ਹੋ ਗਿਆ ਕੋਈ ਪਤਾ ਹੀ ਨਹੀਂ ਲੱਗਦਾ ਇਹ ਕਿ ਕਿਤਨੀ ਉਹ ਫੈਲ ਗਈ ਹੈ ਕਿੱਥੋਂ ਤੱਕ ਚੱਲ ਗਈ ਹੈ ਇਸ ਵਾਸਤੇ Swami ji Maharaj ਜੋ ਕੁਝ ਬਾਣੀ ਚ ਫਰਮਾ ਰਿਹਾ ਕਿਉਂਕਿ ਸੰਤ ਜੋ ਸਾਡੇ ਦੇ ਵਰਤਮਾਨ ਹੁੰਦਾ ਹੈ ਉਹ ਸੰਤ ਸਾਨੂੰ ਬਾਣੀ ਰਾਹੀਂ ਦੱਸਦੇ ਆ ਕਿ ਦੇਖਿਓ ਕਿਤੇ ਢੋਖਾ ਨਾ ਖਾ ਜਾਏ ਜਦੋਂ ਤੁਸੀਂ ਢੋਖਾ ਖਾ ਗਏ ਸਮਝ ਲਓ ਉਸ ਵਕਤ ਗਏ ਜਦੋਂ ਮਨ ਦੀ ਗੱਲ ਮੰਨ ਲਈ ਉਸ ਵਕਤ ਤੁਸੀਂ ਗਏ ਉਸ ਵਕਤ ਕੋਈ ਤੁਹਾਡੇ ਪਾਸ ਚਾਹੇ ਤੁਸੀਂ ਜਗਮੋਸ਼ੇ ਕੀਤੇ ਹੈ ਚਾਹੇ ਤੀਰਥ ਕੀਤੇ ਹੈ ਚਾਹੇ ਕੋਈ ਤਪੱਸਿਆ ਕੀਤੀ ਹੈ ਬਿਲਕੁਲ ਖਤਮ ਹੋ ਜਾਣੀ ਸਾਰੀ ਇਸ ਵਾਸਤੇ ਸੰਤ ਸਾਨੂੰ ਬੜੇ ਤਰੀਕੇ ਨਾਲ ਸਮਝਾਉਂਦੇ ਐ ਐ ਪਿਆਰੇ ਤੂੰ ਜਗ ਤੇ ਆਇਆ ਐ ਦੇਖੀ ਕਿਤੇ ਧੋਖਾ ਨਾ ਖਾ ਜਾਈ ਜਿਨ੍ਹਾਂ ਲੋਕਾਂ ਨੇ ਧੋਖਾ ਖਾ ਲਿਆ ਚਾਹੇ ਕੋਈ ઋષਿ ਹੋਇਆ ਚਾਹੇ ਕੋਈ ਸਾਧੂ ਹੈ ਚਾਹੇ ਕੋਈ ਮੁਨੀ ਹੈ ਚਾਹੇ ਤਪਸਵੀ ਹੈ ਉਹਨਾਂ ਦੀ ਇਤਿਹਾਸ ਜਿਹੜੇ ਚੱਲ ਰਿਹਾ ਹੈ ਰਾਜੇ ਇੰਦਰ ਨੂੰ ਧੋਖਾ ਲੱਗਾ ਇੰਦਰਾਪੁਰੀ ਦਾ ਰਾਜ ਕਰਦਾ ਹੋਈ ਉਸ ਨੂੰ ਮਾਤ ਲੋਕ ਦੇ ਵਿੱਚ ਆਉਣਾ ਪਿਆ ਔਰ ਗੋਦਮ ਰਖੀ ਦੇ ਕਰ ਕੋਕਰ ਕਰਮ ਕੀਤਾ ਸਾਰੀ ਜ਼ਿੰਦਗੀ ਨੂੰ ਰੋਗ ਲਾ ਲਿਆ ਇਸ ਵਾਸਤੇ ਸੁਆਮੀ ਜੀ ਮਹਾਰਾਜ ਬਾਣੀ ਜੀ ਫਰਮਾ ਰਹੇ ਹੈ ਕਿ ਹੈ ਪਿਆਰੇ ਦੇਖੀ ਕਿਤੇ ਧੋਖਾ ਨਾ ਖਾ ਜੀ ਜਗਤ ਤੇ ਆਉਣਾ ਬਾਰੋਂ ਬਾਰ ਨਹੀਂ ਜਗਤ ਤੇ ਆਉਣਾ ਸਾਡਾ ਬਹੁਤ ਮੁਸ਼ਕਲ ਹੈ ਅਸੀਂ 84 ਦਾ ਚੱਕਰ ਭੁਗਤ ਕੇ ਇਸ ਸੰਸਾਰ ਤੇ ਆਏ ਹਾਂ ਔਰ ਮਨੁਸ਼ਾ ਜਨਮ ਦੇ ਵਿੱਚ ਇਹ ਮਨੁੱਖਾ ਜਨਮ ਸਾਰਿਆਂ ਜਨਮਾਂ ਦਾ ਅਵਸਰ ਹੈ। ਔਰ ਇਹ ਕਮੁਕਤੀ ਦਾ ਦਰਵਾਜ਼ਾ ਹੈ। ਚਾਹੇ ਅਸੀਂ ਅੰਦਰ ਚਲਾ ਜਾਈਏ ਚਾਹੇ ਅਸੀਂ ਬਾਹਰ ਚਲਾ ਜਾਈਏ। ਇਸ ਤੋਂ ਬਾਅਦ ਹੋਰ ਕੋਈ ਵੀ ਸਾਨੂੰ ਸਮਾਂ ਨਹੀਂ ਮਿਲਣਾ। ਇਹ ਸਮਾਂ ਸਾਨੂੰ ਬਹੁਤ ਹੀ ਵਧੀਆ ਸਮਾਂ ਮਿਲਿਆ ਹੈ, ਅੱਛਾ ਸਮਾਂ ਮਿਲਿਆ ਹੈ। ਇੱਕ ਹੀਰਾ ਜਨਮ ਮਿਲਿਆ ਜਿਸ ਦੀ ਕੋਈ ਕੀਮਤ ਨਹੀਂ। ਕੋਈ ਕੀਮਤ ਨਹੀਂ ਇੱਕ ਇੱਕ ਸਵਾਸ ਸਾਡੇ ਦੀ ਕੋਈ ਕੀਮਤ ਨਹੀਂ ਜੋ ਪਰਮਾਤਮਾ ਸਾਨੂੰ ਦੇ ਰਿਹਾ ਹੈ ਕਬੀਰ ਸਾਹਿਬ ਜੀ ਮਹਾਰਾਜ ਜਦੋਂ ਦੁਨੀਆ ਵਿੱਚ ਆਏ ਦੇਖਿਆ ਕਿ ਕੀ ਦੁਨੀਆ ਕੀ ਕਰ ਰਹੀ ਹੈ ਕੀ ਮੰਗ ਰਹੀ ਹੈ ਇਹ ਜਿਹੜੇ ਪਰਮਾਤਮਾ ਨੇ ਸਾਨੂੰ ਸਵਾਸ ਦਿੱਤੇ ਹੈ ਕਿਤਨੀ ਕੀਮਤ ਦੇ ਹੈ ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਮਿੱਟੀ 'ਚ ਰੋਲ ਰਹੇ ਆਂ ਇਹਨਾਂ ਪਾਸੋਂ ਅਸੀਂ ਕੋਈ ਫਾਇਦਾ ਨਹੀਂ ਲੈ ਰਹੇ ਕਬੀਰ ਸਾਹਿਬ ਜੀ ਮਹਾਰਾਹੀ ਫਰਮਾਉਂਦੇ ਆ ਕਹਤਾ ਹੂੰ ਕਿਆ ਕਹੂੰ ਕਿਆ ਬਜਾਉ ਢੋਲ ਸਵਾਸਾ ਖਾਲੀ ਜਾਤ ਹੈ ਤਿੰਨ ਲੋਕਾਂ ਦਾ ਮੂਲ ਉਹ ਭਾਈ ਮੈਂ ਕਹਿ ਰਿਆਂ ਕੀ ਕਮਾ ਮੈਂ ਢੋਲ ਬਜਾਵਾਂ ਇੱਕ ਸਵਾਸ ਦਾੜਾ ਮਾਲਕ ਦੀ ਬੰਦਗੀ ਤੋਂ ਜਿਹੜਾ ਜਾ ਰਿਹਾ ਹੈ ਤਰ ਲੋਕੀ ਵੀ ਦਿੱਤੀ ਜਾਵੇ ਤੇ ਵਾਪਸ ਨਹੀਂ ਮਿਲ ਸਕਦਾ ਜੇ ਵਾਪਸ ਮਿਲਣਾ ਤਾਂ ਰਾਜੇ ਮਹਾਰਾਜੇ ਲੈ ਸਕਦੇ ਐ بڑے بڑے ਅਰਮਾਪਤੀ ਸ਼ੌਕਰ ਜਿਹੜੇ ਆ ਉਹ ਖਰੀਦ ਸਕਦੇ ਐ ਇੱਕ ਸਵਾਸ ਦੀ ਕੀਮਤ ਤਰਲੋਕੀ ਵੀ ਗੁਰੂ ਸਾਹਿਬ ਜੀ ਕਬੀਰ ਸਾਹਿਬ ਜੀ ਫਰਮਾਉਂਦੇ ਐ ਅਗਰ ਦਿੱਤੀ ਜਾਵੇ ਤਾਂ ਸਵਾਸ ਨਹੀਂ ਮਿਲ ਸਕਦਾ ਸਾਡੇ 24000 ਸਵਾਸ ਦਿਨ ਰਾਤ ਦੇ ਸਾਨੂੰ ਮਿਲ ਰਹੇ ਐ ਅਸੀਂ ਕਦੀ ਸੋਚਿਆ ਨਹੀਂ ਕਿ ਸਾਡੇ ਹੀਰੇ ਮੋਤੀ ਕਿੱਧਰ ਜਾ ਰਹੇ ਕਿਸ ਤਰ੍ਹਾਂ ਜਾ ਰਹੇ ਆ ਕਿੱਥੇ ਅਸੀਂ ਸੁੱਟ ਰਹੇ ਆ ਕਿੱਥੇ ਅਸੀਂ ਮਿੱਟੀ 'ਚ ਰੋਲ ਰਹੇ ਆ ਕਿਸ ਕੰਮ 'ਚ ਅਸੀਂ ਲਾ ਰਹੇ ਆ ਮਹਾਰਾਜੀ ਤੇ ਸ੍ਰੀ ਪਾਰਸੀ ਗੁਰੂ ਅਮਰਦਾਸ ਜੀ ਨੇ ਫਰਮਾਇਆ ਪਾਣੀ ਦੇ ਵਿੱਚ ਤੰਦਾ ਤਾਵਤ ਦਿਨ ਗਿਆ ਰਾਤ ਗਵਾਈ ਸੋਏ ਸਾਡੀ ਹਾਲਤ ਸੰਤ ਦੱਸ ਦਿੰਦੇ ਐ ਕਿ ਭਾਈ ਕੀ ਕਰ ਰਿਹਾ ਤੂੰ ਦੁਨੀਆਂ ਦੇ ਤੰਦੇ 'ਚ ਦਿਨ گزار ਦਿੱਤਾ ਔਰ ਰਾਤ ਨੂੰ ਸੌਂ ਕੇ ਗੁਜ਼ਾਰ ਦਿੱਤੀ ਤੂੰ ਇਨਸਾਨ ਐ ਕੁੱਤੇ ਬਿੱਲੇ ਵੀ ਸੌਂਗੇ ਪਸ਼ੂ ਵੀ ਸੌਂਗੇ ਪਰਿੰਦੇ ਵੀ ਸੌਂਗੇ ਕੀੜੇ ਮਕੋੜੇ ਵੀ ਰਾਤ ਦੇ ਵੇਲੇ ਸੌਂਗੇ ਤੂੰ ਵੀ ਨਾਲ ਸੌਂ ਗਿਆ ਕੀ ਫਰਕ ਰਿਹਾ ਉਹਨਾਂ ਦਾ ਤੇ ਤੇਰਾ ਕੀ ਫਰਕ ਰਿਹਾ ਭਾਵੇਂ ਇੱਕ ਬੁੱਢਾ ਬੰਦਾ ਸੌਂ ਜਾਏ ਪਹਿਲਵਾਨ ਵੀ ਕੋਲ ਸੈ ਜਾਏ ਤੇ ਪਹਿਰਾਚੋਰ ਤੇ ਲੁੱਟ ਕੇ ਲੈ ਗਏ ਭਾਵੇਂ ਪਹਿਲਵਾਨ ਹੋਇਆ ਸੌਂ ਤੇ ਗਿਆ ਕੀ ਫਰਕ ਰਿਹਾ ਸਾਡਾ ਅਸੀਂ ਪਸ਼ੂਆਂ ਦੇ ਨਾਲ ਵੀ ਕੁੱਤੇ ਬਿੱਲੇ ਵੀ ਸੌਂਗੇ ਪੰਦੇ ਵੀ ਸੌਂਗੇ ਕੀੜੇ ਮਕੋੜੇ ਵੀ ਸੌਂਗੇ ਉਹਨਾਂ ਦੀ ਹਸਤੀ ਕੀ ਹੈ ਸਾਡੀ ਕੀ ਹੈ ਅਸੀਂ ਕਦੀ ਨਹੀਂ ਸੋਚਿਆ ਕਿ ਅਸੀਂ ਕੌਣ ਹੈਗੇ ਆ ਕਿਤਨੇ ਪਰਮਾਤਮਾ ਨੇ ਸਾਨੂੰ ਸੋਚ ਸਮਝ ਦਿੱਤੀ ਹੈ ਤੇ ਕੀ ਖੁਸ਼ੀ ਅਸੀਂ ਕਰ ਸਕਦੇ ਆ ਤੇ ਕੀ ਕਰ ਰਹੇ ਆ ਇਹਦੇ ਬਾਰੇ ਅਸੀਂ ਕਦੀ ਸੋਚਿਆ ਨਹੀਂ ਇਹ ਫਕੀਰ ਹੀ ਆਕੇ ਇੱਥੇ ਸੋਚਦੇ ਐ ਜਿਹੜੇ ਸਾਨੂੰ ਇੱਕ ਇੱਕ ਸਵਾਸ ਬਾਰੇ ਵੀ ਦੱਸਦੇ ਐ ਕਿ ਖਾਲੀ ਨਹੀਂ ਜਾਣਾ ਚਾਹੀਦਾ ਸਾਸ ਗਰਾਸ ਨਾ ਵਿਸਰੇ ਖਾਂਦਿਆਂ ਪੀਂਦਿਆਂ ਵੀ ਨਾ ਬਿਸਰੇ ਸੌਂਦਿਆਂ ਵੀ ਨਾ ਬਿਸਰੇ ਚਲਦਿਆਂ ਫਿਰਦਿਆਂ ਵੀ ਨਾ ਤੂੰ ਉਸ ਨੂੰ ਬਸਾਰ ਤੂੰ ਹਰ ਵਕਤ ਹੀ ਉਹਨੂੰ ਯਾਦ ਰੱਖ ਜੋ ਤੈਨੂੰ ਮੁਰਸ਼ਿਦ ਨੇ ਸਿਮਰ ਦਿੱਤਾ ਉਹ ਕਰੀ ਜਾ ਕਦੀ ਵੀ ਨਾ ਥੱਕਣਾ ਹੋਣਾ ਕਦੀ ਆਲਸ ਨਾ ਕਰ। ਤੇਰਾ ਇੱਕ ਇੱਕ ਸਾਹ ਜਿਹੜਾ ਹੈ ਉਹ ਲੇਖੇ ਵਿੱਚ ਲੱਗੇਗਾ। ਇਹਦੇ ਬਾਰੇ ਅਸੀਂ ਸੋਚਣਾ ਹੈ ਕਿ ਕਿੰਨੇ ਸਾਡੀ ਕੀਮਤੀ ਸਵਾਸ ਨੇ। ਜਿਸ ਤਰ੍ਹਾਂ ਆਮ ਦੁਨੀਆ ਦੀ ਪਾਰਟੀਆਂ ਜਿਹੜੀਆਂ ਉਹ ਕਹਿੰਦੀਆਂ ਨੇ ਇੱਕ ਵੋਟ ਜਿਹੜੀ ਹੈ ਇੱਕ ਵੋਟ ਲੱਖਾਂ ਦੇ ਸਮਾਨ ਹੁੰਦੀ ਹੈ। ਇੱਕ ਵੋਟ ਕਿਸੇ ਦਾ ਵੱਧ ਜਾਏ ਤੇ ਭਾਵੇਂ ਉਧਰ ਲੱਖਾਂ ਹੋਣ। ਲੱਖ ਤੋਂ ਇੱਕ ਬੋਟ ਵੱਧ ਗਿਆ ਉਹ ਬੰਦਾ ਕਾਮਯਾਬ ਹੋ ਜਾਂਦਾ ਕਿਤਨੀ ਕੀਮਤ ਹੈ ਇੱਕ ਬੋਟ ਦੀ ਔਰ ਕਿਤਨੀ ਸਵਾਸਾਂ ਦੀ ਗੁਰੂ ਸਾਹਿਬ ਜੀ ਬਾਣੀ ਚ ਫਰਮਾਉਂਦੇ ਕੌਣ ਬੜਾ ਮਾਇਆ ਵਿੜਾਈ ਕਹਿੰਦੇ ਨਹੀਂ ਸੋ ਬੜਾ ਜਿਸ ਹਰਿ ਲੈ ਵਲਾਈ ਜਿਸ ਨੇ ਪਰਮਾਤਮਾ ਦੀ ਭਗਤੀ ਕੀਤੀ ਹੈ ਜਿਸ ਨੇ ਅਸ਼ੁਰ ਦੀ ਪਾਕਤੀ ਕੀਤੀ ਨੇਕ ਪਾਕ ਕੰਮ ਕੀਤੇ ਆ ਉਹ ਬੜਾ ਚਾਹੇ ਕੋਈ ਈਸਤਰੀ ਚਾਹੇ ਪੁਰਸ਼ ਚਾਹੇ ਗਰੀਬ ਤੇ ਚਾਹੇ ਮੀਰ ਕੇਵਾਰ ਅਗੇ ਵੀ ਦੱਸਿਆ ਹੈ ਸਾਖੀ ਸੁਣਾਈਏ ਕਿ ਰਿਸ਼ੀਆ ਮੁਣੀਆਂ ਨੇ ਜਦੋਂ ਭਗਵਾਨ ਨੂੰ ਕਿਹਾ ਕਿ ਮਹਾਰਾਜ ਸਾਡੇ ਆਸ਼ਰਮ ਵਿੱਚ ਦਰਸ਼ਨ ਦਿਓ ਮਨਜ਼ੂਰ ਕਰ ਲਿਆ ਤੈਮਕਰ ਕਰ ਲਿਆ ਪਰ ਉਸੇ ਜੰਗਲ ਦੇ ਵਿੱਚ ਇੱਕ ਭੀਲਣੀ ਵੀ ਸੀ ਜਿਹੜੀ ਬਹੁਤ ਗਰੀਬ ਸੀ ਲੇਕਿਨ ਪਿਆਰ ਉਹਦਾ ਸੱਚਾ ਸੀ ਬੰਦਗੀ ਕਰਦੀ ਸੀ ਕੱਖਾਂ ਦੀ ਝੌਂਪੜੀ ਸੀ ਉਸਨੇ ਵੀ ਸੋਚਿਆ ਕਿ بڑے بڑے ਅਮੀਰ ਨੇ ਰਿਸ਼ੀ मुनि ਸ਼ਾਇਦ ਮੇਰੀ ਝੌਂਪੜੀ 'ਚ ਭਗਵਾਨ ਨੂੰ ਆਉਣ ਦੇਣ ਜਾਂ ਨਹੀਂ ਪਰ ਜੇ ਆ ਵੀ ਜਾਣਗੇ ਤੇ ਮੈਂ ਭੋਗ ਕਾ ਦਾ ਲਗਾਵਾਂਗੇ ਮੇਰੇ ਪਾਸ ਤੇ ਕੁਝ ਨਹੀਂ ਹੈਗਾ ਪਿਆਰ ਪਿਆਰੀ ਹੁੰਦਾ ਹੈ ਜੰਗਲ ਵੀ ਚੱਲ ਗਈ ਚੱਖ ਚੱਖ ਕੇ 베ਰ ਤੋੜੇ ਮਿੱਠੇ ਕਿ ਕੋਈ ਕੌੜਾ 베ਰ ਨਾ ਚਲਾ ਜਾਏ ਭਗਵਾਨ ਨੂੰ ਜਦੋਂ ਉਹ ਸਮਾ ਆਇਆ ਭਗਵਾਨ ਜੀ ਜਦੋਂ ਆਏ ਆਸ਼ਰਮ ਵਿੱਚ ਰਖੀਆਂ ਮੋਣੀਆਂ ਦੇ ਪੁੱਛਿਆ ਕਿ ਮਕਾਨ ਕਿਹਦਾ ਹੈ ਜੀ ਮੇਰਾ ਹੈ ਦੂਸਰੇ ਨੂੰ ਪੁੱਛਿਆ ਜੀ ਮੇਰਾ ਹੈ ਤੀਸਰੇ ਨੂੰ ਪੁੱਛਿਆ ਜੀ ਮੇਰਾ ਹੈ ਇਸ ਤਰ੍ਹਾਂ ਮੇਰਾ ਮੇਰਾ ਕਰਦੇ ਚੱਲੇ ਗਏ ਪੁੱਛਿਆ ਇੱਥੇ ਕੋਈ ਹੋਰ ਵੀ ਸਾਧੂ ਹੈ ਕਹਾਂ ਲੱਗ ਜੀ ਇੱਕ ਪੀਲਣੀ ਹੈ ਬੜੀ ਦੂਰ ਜੀ ਦੱਸਿਆ ਉਹਦਾ ਕੁਠੀਆ ਭਗਵਾਨ ਜੀ ਉੱਥੇ ਚੱਲੇ ਗਏ ਪੁੱਛਿਆ ਕਿ ਝੌਂਪੜੀ ਕਿਸ ਦੀ ਹੈ ਦੇਖੋ ਜਿਹੜਾ ਪਿਆਰ ਹੁੰਦਾ ਹੈ ਉਹ ਸਿਖਾਇਆ ਨਹੀਂ ਸਿੱਖਦਾ ਬੰਦਾ ਉਹ ਪਹਿਲਾਂ ਹੀ ਸਿੱਖਿਆ ਹੁੰਦਾ ਹੈ ਪਹਿਲਾਂ ਉਹਦੇ ਅੰਦਰ ਹੀ ਹੋਵੇ ਤੇ ਬਾਹਰ ਆਉਂਦਾ ਹੈ ਜੋ ਅੰਦਰ ਸੋ ਬਾਹਰ ਜਿਹੜੀ ਚੀਜ਼ ਅੰਦਰ ਹੁੰਦੀ ਹੈ ਉਹ ਬਾਹਰ ਆਉਂਦੀ ਹੈ ਬੰਦੇ ਦੇ ਭੀਲਣੀ ਨੇ ਕਿਹਾ ਮਹਾਰਾਜ ਉੱਠ ਕੇ ਖੜੀ ਹੋ ਗਈ ਹੱਥ ਬਣ ਲੈ ਪੱਲ ਦਾ ਪਾਲਿਆ ਗਲ ਵਿੱਚ ਬੜੀ ਨਿਵਰਤਾ ਦੇ ਨਾਲ ਬੜੇ ਪਿਆਰ ਦੇ ਨਾਲ ਕਿ ਆਹ ਮਹਾਰਾਜ ਮੈਂ ਵੀ ਆਪਦੀ ਹਾਂ ਇਹ ਝੌਂਪੜੀ ਵੀ ਆਪਦੀ ਮੇਰਾ ਇੱਥੇ ਕੁਝ ਨਹੀਂ ਹੈ ਕੋਤੇ ਭਗਵਾਨ ਜੀ ਬੈਠ ਗਏ ਔਰ ਝੂਠੇ ਬੇਰ ਪੀਲਣੀ ਦੇਖਾ ਦੇ ਸਾਰੇ ॠषि मुनि ਜਿਤਨੇ ਵੀ ਸੀ ਹਰੇ ਪਰੇਸ਼ਾਨ ਹੋਏ ਕੀ ਕੀ ਬਣਿਆ ਸਾੜੇ ਵਾਲੀ ਸ਼ਾਨ ਮਕਾਨ ਅچھے-ਅچھے ਅਸੀਂ ਖਾਣੇ ਬਣਾਏ। ਭਗਵਾਨ ਜੀ ਸਾਡੇ ਮਕਾਨਾਂ 'ਚ ਬੈਠੇ ਨਹੀਂ, ਸਾਡੇ ਖਾਣੇ ਨਹੀਂ ਖਾਦੇ। ਪਰੇਸ਼ਾਨ ਜੇ ਹੋਗੇ। ਭਗਵਾਨ ਨੇ ਉਹਨਾਂ ਨੂੰ ਬੁਲਾਇਆ, ਆਓ ਭਾਈ ਬੈਠੋ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਪੁੱਛਿਆ, ਤੁਸੀਂ ਕਿਸੇ ਨੇ ਮੈਨੂੰ ਨਹੀਂ ਕਿਹਾ ਕਿ ਤੁਹਾਡਾ ਮਕਾਨ ਹੈ। ਤੁਸੀਂ ਆਪਣੇ-ਆਪਣੇ ਮਕਾਨ ਦੱਸਿਆ, ਕਿਸੇ ਦੇ ਮਕਾਨ 'ਚ ਕਿਦਾਂ ਕੋਈ ਬੈਠ ਸਕਦਾ ਹੈ? ਇਸ ਵਿਚਾਰੀ ਗਰੀਬਣੀ ਨੇ ਕੱਖਾਂ ਦੀ ਝੌਂਪੜੀ ਐ ਚਾਹੇ ਈਸ ਨੇ ਸਾਨੂੰ ਕਿਹਾ ਕਿ ਇਹ ਤੁਹਾਡੀ ਐ ਤੇ ਮੈਂ ਵੀ ਤੁਹਾਡੀ ਹੇ ਮੇਰਾ ਇੱਥੇ ਕੁਛ ਨਹੀਂ ਐ ਇਹ ਮੈਂ ਮੇਰੀ ਜਿਹੜੀ ਐ ਇਹ ਸ੍ਰੀ ਗੁਰੂ ਰਵੀਦਾਸ ਮਹਾਰਾਜ ਨੇ ਵੀ ਫਰਮਾਇਆ ਕਿ ਮੈਂ ਮੇਰੀ ਨੂੰ ਛੱਡ ਕੇ ਬੰਦਗੀ ਕਰ ਜਿਤਨੇ ਚਿਰ ਮੈਂ ਮੇਰੀ ਨਹੀਂ ਅਸੀਂ ਛੱਡਦੇ ਬੰਦਗੀ ਹੋ ਨਹੀਂ ਸਕਦੀ ਈਸ ਨੇ ਸਾਨੂੰ ਭਾਈ ਏ ਚੌਪੜੀ ਸੌਂਪੀ ਐ ਤੁਸੀਂ ਨਹੀਂ ਕਿਹਾ ਵੀ ਜੋ ਇਹਦੇ ਪਾਸ ਹੈ ਸੀਵਦਾ ਸੀ ਭੋਗ ਲਗਾਇਆ ਹੈ ਹੁਣ ਤੁਹਾਡਾ ਕੀ ਤਰਾਜ ਹੈ ਉੱਥੇ ਉਹਨਾਂ ਕਿਹਾ ਕਿ ਜਿੰਨ ਪ੍ਰੇਮ ਕੀਆ ਤੈਨ ਪ੍ਰਭ ਪਾਇਆ ਇਹ ਪਿਆਰ ਦਾ ਸੌਦਾ ਹੈ ਇਹ بڑے ਛੋਟੇ ਦਾ ਮਤਲ ਨਹੀਂ ਕੋਈ ਅਕਲ ਦਾ ਕੰਮ ਨਹੀਂ ਪੈਸਿਆਂ ਦਾ ਕੰਮ ਨਹੀਂ ਸਮਝਦਾਰੀ ਦਾ ਕੰਮ ਨਹੀਂ ਇਥੇ ਪਿਆਰ ਦਾ ਸੌਦਾ ਹੈ ਕੋਈ ਵੀ ਉਸ ਮਾਲਕ ਨਾਲ ਪਿਆਰ ਕਰ ਸਕਦਾ ਹੈ ਔਰ ਉਸ ਮਾਲਕ ਨੂੰ ਪਾ ਸਕਦਾ ਹੈ ਇਸ ਵਾਸਤੇ ਸਾਨੂੰ ਚਾਹੀਦਾ ਕਿ ਮਨ ਦੇ ਧੋਖੇ ਵਿੱਚ ਨਹੀਂ ਆਉਣਾ ਚਾਹੀਦਾ ਕਿਉਂਕਿ ਮਨ ਦਾ ਕੰਮ ਹੈ ਕਿ ਹਰ ਵਕਤ ਹੀ ਇਹ ਧੋਖਾ ਦੇਣ ਵਾਸਤੇ ਤਿਆਰ ਹੈ ਇਹ ਜਿਵੇਂ-ਜਿਵੇਂ ਬੰਦਾ ਅੱਛੇ ਕੰਮ ਕਰੇਗਾ ਜਿਆਦਾ ਮਗਰ ਚੜੇਗਾ ਵੀ ਅੱਛੇ ਕਿਉਂ ਕਰਦਾ ਹੈਗਾ ਇਸ ਨੂੰ ਆਪਣੇ ਕੰਟਰੋਲ 'ਚ ਮੈਂ ਲਿਆਵਾਂ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਜਿਹੜੇ ਵਕੀਲਾਂ ਦੇ ਏਜੰਟ ਹੁੰਦੇ ਐ। ਵਕੀਲ ਭਾਵੇਂ ਕਿਤੇ ਗਿਆ ਹੋਵੇ ਤੇ ਗਾਗ ਜਿਹਾ ਲਿਆਉਂਦਾ ਤਾਂ ਕਹਿੰਦਾ ਨਹੀਂ ਵਕੀਲ ਤੇ ਇੱਥੇ ਹੋਣੇ ਸੀ। ਤੂੰ ਦੱਸ ਕੀ ਕੰਮ ਕਰਾਉਣਾ ਐ। ਕਾਗਜ਼ ਵੀ ਖਰੀਦ ਲੈਂਦਾ, ਪੈਸੇ ਵੀ ਉਹਦੇ ਲਵਾ ਲੇ। ਪੈਸੇ ਲਵਾ ਲਵੋ ਕਿ ਕਹਿੰਦਾ ਉਹੋ। ਵਕੀਲ ਸਾਹਿਬ ਕਹਿੰਦੇ ਇਹਨੇ ਫਲਾਣੀ ਸ਼ਹਿਰ ਜਾਣਾ ਐ। ਕੱਲ ਆਉਣਾ, ਪਰਸੂ ਆਉਣਾ। ਚੱਲ ਤੂੰ ਕੱਲ ਪਰਸੂ ਆ ਜੀ। ਏਜੰਟ ਫਸਾ ਲਿਆ। ਗਾਗ ਨੂੰ ਫਸਾ ਲੈਂਦਾ ਏ ਇਸੇ ਤਰ੍ਹਾਂ ਮਨ ਜਿਹੜਾ ਏ ਜੀਵ ਨੂੰ ਫਸਾ ਲੈਂਦਾ ਕਿਸੇ ਨਾ ਕਿਸੇ ਤਰੀਕੇ ਨਾਲ ਫਸਾ ਲੈਂਦਾ ਇਹਦਾ ਇੱਕ ਮੂੰਹ ਨਹੀਂ ਇਹਦੀ ਇੱਕ ਅੱਖ ਨਹੀਂ ਇਹਦੇ ਕਈ ਰੂਪ ਨੇ ਕਈਆਂ ਰੂਪਾਂ ਦੇ ਵਿੱਚ ਸਾਨੂੰ ਇਹ ਠੱਗ ਲੈਂਦਾ ਹੈ ਇਹਦੇ ਪਾਸੋਂ ਸਤਿ ਹੀ ਬਚਦੇ ਆ ਉਹ ਕਿਉਂ ਬਚਦੇ ਆ ਉਹ ਸਿਰਫ ਸਤਗੁਰ ਦਾ ਆਸਰਾ ਤੇ ਸਤਗੁਰ ਦਾ ਧਿਆਨ ਰੱਖ ਕੇ ਬਚਦੇ ਐ ਨਹੀਂ ਤਾਂ ਬਚ ਨਹੀਂ ਸਕਦਾ ਕੋਈ ਜਦੋਂ ਅਸੀਂ ਇਹਦੇ ਰੂਪ ਨੂੰ ਦੇਖਾਂਗੇ ਉਸ ਲਈ ਗੇ ਸਮਝੋ ਉਸ ਵਕਤ ਸਾਡੇ ਪੱਲੇ ਕੁਝ ਵੀ ਨਹੀਂ ਰਹਿ ਸਕਦਾ ਕਈ ਵਾਰ ਅੱਗੇ ਵੀ ਦੱਸਿਆ ਤਣੀ ਧਰਮਦਾਸ 14 ਕਰੋੜ ਦਾ ਸ਼ੌਕਰ ਸੀ ਜਦੋਂ ਕਬੀਰ ਸਾਹਿਬ ਜੀ ਧਰਮੀ ਉਹਨੇ ਆਪਣਾ ਨਾਮ ਧਰਮੀ ਰਖਾਇਆ ਸੀ ਤੇ ਜਿਹੜੀਆਂ ਚੁੱਲ੍ਹੇ 'ਚ ਲੱਕੜਾਂ ਬਾਲਦਾ ਸੀ ਉਹ ਵੀ ਧੋ ਕੇ ਬਾਲਦਾ ਸੀ ਮਾਨਦਾਰੀ ਆਪਣੀ ਦੱਸਦਾ ਸੀ ਇੱਕ ਵਾਰ ਕਬੀਰ ਸਾਹਿਬ ਨੇ ਸੋਚਿਆ ਇਹ ਅਤੇ ਮਾਨਦਾਰ ਹੈ ਪਰ ਗਲਤ ਪਾਸੇ ਜਾ ਰਿਹਾ ਹੈ ਕਬੀਰ ਸਾਹਿਬ ਨੇ ਜਾ ਕੇ ਚੁੱਲ੍ਹੇ 'ਚ ਲੱਕੜ ਕੱਟ ਕੇ ਬਾਹਰ ਮਾਰੀ ਹਜ਼ਾਰਾਂ ਜੀਵ ਉਹਦੇ ਵਿੱਚੋਂ ਨਿਕਲੇ ਜਦੋਂ ਹਜ਼ਾਰਾਂ ਜੀਵ ਨਿਕਲੇ ਕਬੀਰ ਸਾਹਿਬ ਨੇ ਕਿਹਾ ਧਰਮੀਆਂ ਇਹ ਧਰਮ ਹੈ ਤੂੰ ਧਰਮੀ ਨਾ ਰਖਾਇਆ ਆਪਣਾ ਉਥੇ ਗੁਬਤ ਹੋ ਗਏ ਕਬੀਰ ਸਾਹਿਬ ਜੀ ਧਣੀ ਧਰਮਦਾਸ ਨੂੰ ਚਿੰਤਾ ਪੈ ਗਈ ਇਹ ਨਹੀਂ ਚਿੰਤਾ ਪੈ ਗਈ ਖਾਣਾ ਪੀਣਾ ਛੁੱਟ ਗਿਆ ਉਹਦੀ ਸ਼ੌਕਾਰਨੀ ਨੇ ਕਿਹਾ ਕਿ ਮਹਾਰਾਜ ਤੁਸੀਂ ਰੋਟੀ ਪਾਣੀ ਛਕੋ ਗੋੜ ਤੇ ਮੱਖੀਆਂ ਬੜੀਆਂ ਤੁਸੀਂ ਜਾਗ ਕਰੋ ਤੇ ਆਪੇ ਸਾਧੂ ਆਉਣਗੇ ਜਿਹੜਾ ਆਏਗਾ ਉਹ ਤੇ ਤੁਸੀਂ ਪਛਾਣ ਲਿਓ ਜਾਗ ਸ਼ੁਰੂ ਹੋ ਗਿਆ 14 ਕਰੋੜ ਰੁਪਈਆ ਲੱਗ ਗਿਆ ਜਦੋਂ 14 ਕਰੋੜ ਹੀ ਖਤਮ ਹੋ ਗਿਆ ਸੋਚਦਾ ਹੁਣ ਕੀ ਕਰਾਂਗਾ ਮੈਂ ਬੜਾ ਬੰਦਾ ਜਿਹੜਾ ਉਹ ਛੋਟਾ ਕੋਈ ਕੰਮ ਵੀ ਨਹੀਂ ਕਰ ਸਕਦਾ ਸੋਚਿਆ ਕਿਸੇ ਦਰਿਆ 'ਚ ਚੱਲ ਕੇ ਛਾਲ ਮਾਰ ਕੇ ਮਰ ਜਾਂਦਾ ਚਲਾ ਗਿਆ ਦਰਿਆ ਦੇ ਕਿਨਾਰੇ ਤੇ ਜਦੋਂ ਛਾਲ ਮਾਰਨ ਲੱਗਾ ਤੇ ਕਬੀਰ ਸਾਹਿਬ ਨੇ ਬਾਹ ਫੜ ਲਈ ਕੀ ਕਰਨ ਲਗਾਏ ਪਿੱਛੇ ਦੇਖਿਆ ਕਹਿੰਦਾ ਤੂੰ ਹੁਣ ਆਇਆ ਮੇਰਾ ਰਿਆ ਕੱਖ ਨਹੀਂ ਤੇ ਪਹਿਲਾਂ ਕਿੱਥੇ ਸੀ ਕਹਿੰਦਾ ਤੇਰੀ ਘਰ ਵਾਲੀ ਕਹਿੰਦੀ ਗੁੜ ਤੇ ਮੱਖੀਆਂ ਬੜੀਆਂ ਅਸੀਂ ਸੋਚਿਆ ਗੁੜ ਮੁੱਕ ਜਾਊ ਤਾਂ ਫਿਰ ਜਾਵਾਂਗੇ ਗੋੜੀ ਮੁੱਕ ਜਾਏਗਾ ਅਸੀਂ ਮੱਖੀ ਨਹੀਂ ਹੈਗੇ ਅਸੀਂ ਭੰਮਰ ਆ ਅਸੀਂ ਮੱਖੀਆਂ ਨਹੀਂ ਹੈਗੇ ਅਸੀਂ ਸੋਚਿਆ ਗੁੜ ਮੁੱਕ ਜਾਏਗਾ ਤਾਂ ਫਿਰ ਜਾਵਾਂਗੇ ਚੱਲ ਵਾਪਸ ਆਦਮ ਕਰਨਾ ਠੀਕ ਨਹੀਂ ਆਦਮ ਘਾਤ ਕਰਨਾ ਜਿਹੜਾ ਇਹ ਠੀਕ ਨਹੀਂ ਕਈ ਜਨਮਾਂ ਵਿੱਚ ਆਉਣਾ ਪੈਂਦਾ ਤਣੀ ਤਰਮਦਾਸ ਨੂੰ ਨਾਮ ਬਖਸ਼ਿਆ ਔਰ ਸਾਰੇ ਪਰਿਵਾਰ ਨੂੰ ਇੱਕ ਲੜਕੇ ਦਾ ਨਾਮ ਨਹੀਂ ਲਿਆ ਉਹ ਕਿਸੇ ਹੋਰ ਨੂੰ ਮੰਨਦਾ ਸੀ ਆਖਿਰ ਤਣੀ ਤਰਮਦਾਸ ਨੇ ਇਹ ਬੇਨਤੀ ਕੀਤੀ ਕੀਬੀਰ ਸਾਹਿਬ ਅੱਗੇ ਕਿ ਮਹਾਰਾਜ ਮੈਂ ਹੁਣ ਕੁਝ ਨਹੀਂ ਮੰਗਦਾ ਮੈਨੂੰ ਇੱਕ ਚੀਜ਼ ਦਿਓ ਕੀ ਕਿ ਮੇਰਾ ਧਿਆਨ ਤੁਹਾਡੇ ਚਰਨਾਂ 'ਚ ਰਹੇ ਔਰ ਕਿਸੇ ਪਾਸੇ ਨਾ ਜਾਵੇ ਮੈਂ ਨਾ ਉਹ ਤੋਲਤਾ ਮੰਗਦਾ ਨਾ ਕੋਈ ਪਰਿਵਾਰ ਮੰਗਦਾ ਨਾ ਮਾਨ ਵਡਿਆਈ ਮੰਗਦਾ ਹਾਂ ਸਿਰਫ ਇੱਕ ਚੀਜ਼ ਮੰਗਦਾ ਕਿ ਮੇਰਾ ਧਿਆਨ ਤੁਹਾਡੇ ਚਰਨਾਂ 'ਚ ਰਹੇ ਔਰ ਕਿਤੇ ਪਾਸੇ ਨਾ ਜਾਵੇ ਸੋ ਜਦੋਂ ਸਾਡਾ ਧਿਆਨ ਜਿਹੜਾ ਕਿਸੇ ਹੋਰ ਪਾਸੇ ਜਾਂਦਾ ਹੈ ਅਦੋਂ ਅਸੀਂ ਠੱਗੇ ਜਾਂਦੇ ਹਾਂ ਕਿਉਂਕਿ ਠੱਗਾ ਦੇ ਹੱਥ ਚੜ੍ਹ ਜਾਂਦੇ ਆ ਅਸੀਂ ਇੱਕ ਫਕੀਰ ਨੇ ਬੜਾ ਸੋਹਣਾ ਫਰਮਾਇਆ ਇਥੋਂ ਉੱਡ ਜਾ ਪੋਲਿਆ ਪੈੰਸ਼ੀਆ ਲੈ ਤੂੰ ਆਪਣੀ ਜਾਨ ਬਚਾ ਇਥੇ ਢਾਕੇ ਪੈਣ ਦੁਪਹਿਰ ਨੂੰ ਤੇਰਾ ਦੇਣ ਗਿਆ ਲੜਾਟਾ ਇਥੇ ਘਰ ਘਰ ਫਾਈਆਂ ਗੱਡੀਆਂ ਤੈਨੂੰ ਦੇਣਗੇ ਫਾਇਲਾ ਦੁਪਹਿਰ ਕਿਹੜੀ ਐ ਇਹਦੀ ਜੋਬਨ ਬਸਦਾ ਢਾਕੇ ਕੌਣ ਮਾਰਦੇ ਨੇ ਕਾਮ ਕ੍ਰੋਧ ਮੋਹ ਲੋਭ ਹੰਕਾਰ ਉਹ ਇਹਦਾ ਆੜਾ ਸ਼ਰੀਰ ਜਿਹੜਾ ਤੁੰਬ ਦਿੰਦੇ ਔਰ ਜਿਸ ਪਾਸੇ ਵੀ ਤੁਸੀਂ ਮੂੰਹ ਕਰੋਗੇ ਉੱਤੇ ਫਾਇ ਲੱਗੀ ਹੈ ਠੱਗ ਤਿਆਰ ਹੈਗੇ ਨੇ ਠੱਗਣ ਵਾਸਤੇ ਇਸ ਵਾਸਤੇ ਸੰਤ ਸਾਨੂੰ ਇਹੀ ਸਮਝਾਉਂਦੇ ਆ ਕਿ ਭਾਈ ਦੇਖਿਓ ਕਿਤੇ ਠੱਗਾਂ ਦੇ ਹੱਥ ਨਾ ਚੜ ਜਾਏ ਇਥੇ ਬੜੀ ਮੁਸ਼ਕਲ ਤੁਹਾਨੂੰ ਇਹ ਜਨਮ ਮਿਲਿਆ ਹੈ ਜੇ ਜਗਤ 에 ਆਇਓ ਤੇ ਫਿਰ ਕੋਈ ਅੱਛਾ ਕੰਮ ਕਰ ਲਓ ਨੇਕ ਪਾਕ ਕੰਮ ਕਰੋ ਔਰ ਭਜਨ ਸਿਮਰਨ ਕਰੋ ਸਾਥ ਸੰਗਤ ਦੀ ਸੇਵਾ ਕਰੋ ਤਾਂ ਕਿ ਜੀ ਦੇ ਵਿੱਚ ਤੁਹਾਨੂੰ ਕੁਝ ਮਿਲਣਾ ਹੈਗਾ ਹਾਂਜੀ ਤੋਖਾ ਮਤ ਖਾਣਾ ਜਗ ਆਏ ਪਿਆਰੇ ਤੋਖਾ ਮਤ ਖਾਣਾ ਜਗ ਆ ਨਾ ਸਭ ਠੱਗ ਬੈਠੇ ਫਾਸੀ ਲਾਏ ਸੁਆਮੀ ਜੀ ਮਹਾਰਾ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਕੋਈ ਆਪਣਾ ਮਿੱਤਰ ਤੁਸੀਂ ਸਮਝੋ ਨਾ ਇਹ ਸਾਰੇ ਠੱਗ ਬੈਠੇ ਸਾਰਿਆਂ ਨੇ ਫਾਸੀਆਂ ਲਗਾਈਆਂ ਨੇ ਕਿਸੇ ਨਾਲ ਵੀ ਤੁਸੀਂ ਜਿੰਨਾ ਮਰਜੀ ਇਹ ਭਲਾ ਕਰ ਲੋ ਜਿੰਨਾ ਮਰਜੀ ਕਿਸੇ ਦੀ ਮਦਦ ਕਰ ਲੋ ਲੇਕਿਨ ਆਖਰ ਉਹ ਦੁਸ਼ਮਣ ਬਣ ਜਾਂਦਾ ਕਿਸੇ ਨੂੰ ਵੀ ਤੁਸੀਂ ਕਰੋ ਕੋਈ ਵੀ ਭਾਵੇਂ ਬੰਦਾ ਹੈਗਾ ਉਹ ਉਹ ਸੱਜਣ ਨਹੀਂ ਰਹਿੰਦਾ ਇਹ ਸੰਤਾਂ ਨੂੰ ਪਤਾ ਹੈ ਸਾਰਾ ਤਦ ਬਾਣੀ ਚੋਂ ਨਾ ਲਿਖਿਆ ਹੈ ਕਿ ਕੋਈ ਮਿੱਤਰ ਨਹੀਂ ਬਣ ਸਕਦਾ ਕੋਈ ਵੀ ਸੱਜਣ ਨਹੀਂ ਬਣ ਸਕਦਾ ਜਿੰਨਾ ਮਰਜੀ ਤੁਸੀਂ ਉਹਦੇ ਨਾਲ ਭਲਾ ਕਰੋ ਜਿੰਨਾ ਮਰਜੀ ਉਹਦੀ ਕੋਈ ਮਦਦ ਕਰੋ ਆਖਰ ਦੋਸ਼ਮ ਨੂੰ ਬਣ ਜਾਏਗਾ ਹਾਂਜੀ ਕੋਈ ਮੀਤ ਨਾ ਜਾਨੋ ਆਪਣਾ ਸਭ ਠੱਗ ਬੈਠੇ ਫਾਸੀ ਲਾ ਜਦ ਸੱਚਾ ਹੋਏ ਚਗਲ ਚੱਲੇ ਡਗਰ ਗੁਰੂ ਤਬਹੀ ਚੌਕੇ ਰੋਕੇ ਆਏ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਜਦ ਵੀ ਕੋਈ ਇਨਸਾਨ ਸੱਚਾ ਹੋ ਕੇ ਪਰਮਾਤਮਾ ਦੀ ਤਰਫ ਚੱਲਦਾ ਹੈ ਤਾਂ ਉਸ ਨੂੰ ਰੋਕਣ ਵਾਲੇ ਹਜ਼ਾਰਾਂ ਹੀ ਤਿਆਰ ਹੋ ਜਾਂਦੇ ਜਿਨ੍ਹਾਂ ਨੇ ਕਦੀ ਕਿਤੇ ਪਾਣੀ ਵੀ ਨਹੀਂ ਪਲਾਇਆ ਕਿਸੇ ਨੂੰ ਉਹ ਵੀ ਰੋਕਣ ਵਾਸਤੇ ਤਿਆਰ ਹੋ ਜਾਂਦੇ ਉਹ ਵੀ ਉਹਨੂੰ ਬੜੀਆਂ ਸਲਾਮਾਂ ਦਿੰਦੇ ਐ ਇਹ ਭਾਈ ਤੇਰਾ ਕੋਈ ਇਹ ਕੰਮ ਹੈ ਤੇਰੀ ਕੋਈ ਉਮਰ ਹੈ ਤੂੰ ਆਜੇ ਉਹ ਕੰਮ ਕਰ ਰਿਹਾ ਹੈ ਤੇਰੀ ਉਮਰ ਹੈ ਕੋਈ ਇਹ ਆਜੇ ਤੇਰਾ ਫਲਾਣਾ ਕੰਮ ਹੈ ਤੂੰ ਨਗ ਤਿੰਗਰਾ ਕੰਮ ਹੈ ਜੇ ਇਹ ਐ ਉਹ ਐ ਕਈ ਕੰਮ ਉਸ ਨੂੰ ਦੱਸੇ ਕਈ ਕੰਮ ਉਸ ਨੂੰ ਦੱਸੇਗਾ ਗੁਰੂ ਸਾਹਿਬ ਜੀ ਜੋ ਬਾਣੀ ਚ ਫਰਮਾਰੇ ਠੀਕ ਫਰਮਾਰੇ ਰੋਕਣ ਵਾਸਤੇ ਤਿਆਰ ਹੁੰਦੇ ਐ ਲੇਕਿਨ ਕੋਈ ਮਦਦ ਨਹੀਂ ਕਰ ਸਕਦਾ ਕੋਈ ਮਦਦ ਨਹੀਂ ਕਰਦਾ ਵੀ ਚੱਲ ਤੂੰ ਚੰਗਾ ਕੰਮ ਕਰ ਰਿਹਾ ਐ ਅਸੀਂ ਤੇਰੀ ਮਦਦ ਕਰਦੇ ਆ ਨਾ ਇਸ ਬਾਰੇ ਕੋਈ ਨਹੀਂ ਲੇਕਿਨ ਰੋਕਣ ਵਾਸਤੇ ਤਿਆਰ ਨੇ ਸੋਚਿਆ ਜਾਵੇ ਪੁੱਛਿਆ ਜਾਏ ਕਿ ਟਾਈਮ ਹੈ ਕਿਹੜਾ ਛਾੜੀ ਜ਼ਿੰਦਗੀ ਦਾ ਤੇ ਪਤਾ ਨਹੀਂ ਰਾਤ ਆਉਣੀ ਹੈ ਜਾਂ ਦਿਨ ਆਉਣਾ ਹੈ ਜਾਂ ਨਹੀਂ ਆਉਣਾ ਸਾਡੀ ਗਰੰਟੀ ਤੇ ਕੋਈ ਹੈ ਨਹੀਂ ਉਹ ਕਿਹੜਾ ਵਕਤ ਹੈ ਜਿਸ ਵਕਤ ਅਸੀਂ ਬੰਦਗੀ ਕਰਾਂਗੇ ਤਾਂ ਆਪਣੀ ਗੱਲ ਕਰਨੀ ਦੀ ਨਹੀਂ ਚਾਹੀਦੀ ਕੋਈ ਮਾਨ ਨਹੀਂ ਇਹਦੇ ਵਿੱਚ ਪਰ ਮੌਕੇ ਪਰਾਈ ਕਰਨੇ ਵੀ ਪੈ ਜਾਂਦੀ ਹੈ ਜਦੋਂ ਅਸੀਂ ਘਰੋਂ ਨਿਕਲੇ ਇੱਕ ਬੰਦਾ ਆਇਆ ਕਹਿੰਦਾ ਤੁਸੀਂ ਘਰੋਂ ਕਿਉਂ ਆਇਓ ਕੀ ਤੁਹਾਨੂੰ ਚਾਹੀਦਾ ਮੈਂ ਕਿਹਾ ਮੈਨੂੰ ਤਾਂ ਕੁਝ ਵੀ ਨਹੀਂ ਚਾਹੀਦਾ ਕੋਈ ਤੁਹਾਨੂੰ ਪੈਸਿਆਂ ਦੀ ਲੋੜ ਹੈ ਮੈਂ ਕਿਹਾ ਨਹੀਂ ਮੈਨੂੰ ਪੈਸਿਆਂ ਦੀ ਲੋੜ ਨਹੀਂ ਨਾ ਮੈਂ ਕਿਸੇ ਦਾ ਕਰਜ਼ਾ ਦੇਣਾ ਨਾ ਕਿਸੇ ਕੋਲੋਂ ਲੈਣੇ ਹੈਗੇ ਰੋਟੀ ਖਾਂਦੇ ਹੀ ਸਾਂ ਮਿਹਨਤ ਕਰਦੇ ਖਾਂਦੇ ਆ ਮੈਂ ਜਿਸ ਚੀਜ਼ ਦੀ ਜ਼ਰੂਰਤ ਉਹ ਉਸੇ ਦੀ ਜ਼ਰੂਰਤ ਹੈ ਮੈਂ ਕਿਹਾ ਤੇ ਤੁਸੀਂ ਘਰ ਚੱਲ ਚਲੋ ਮੈਂ ਕਿਹਾ ਚਲੋ ਸੋਚਾਂਗੇ ਥੋੜੇ ਦਿਨ ਗਏ ਤੇ ਫੇਰ ਕੋਈ ਇੱਕ ਆ ਗਿਆ ਉਹ ਮੈਂ ਉਹਨੂੰ ਕਿਹਾ ਮੈਂ ਕਿ ਤੁਸੀਂ ਮੇਰੀ ਜਾਨ ਛੱਡੋ ਤੁਹਾਡਾ ਨੁਕਸਾਨ ਕੀ ਹੈ ਨੁਕਸਾਨ ਉਹ ਤੇ ਮੇਰਾ ਆਪਣਾ ਹੋਗਾ ਹੈ ਜੀ ਤੇ ਤੁਹਾਡਾ ਕੀ ਨੁਕਸਾਨ ਹੈ ਨਾ ਤੁਸੀਂ ਕਦੀ ਬੋਲੇ ਨਾ ਕਦੀ ਆਏ ਕਦੀ ਗਏ ਮਤਾਂ ਦੋ ਹੀ ਦੇਣ ਲੱਗ ਪਿਓ ਮੈਂ ਕਿਹਾ ਤੁਸੀਂ ਜਾਓ ਮੈਂ ਸੋਚ ਲਾਵਾਂਗਾ ਇਸਰਾ ਜੋ ਵੀ ਸਵਾਮੀ ਜੀ ਮਾਰੇ ਲਿਖ ਰਿਹਾ ਠੀਕ ਲਿਖ ਰਿਹਾ ਕੋਈ ਵੀ ਸੱਚਾ ਹੋ ਕੇ ਪਰਮਾਤਮਾ ਦੀ ਤਰਫ ਚੱਲਦਾ ਹੈ ਤੇ ਜਿੰਨ ਕਦੇ ਪਾਣੀ ਨਹੀਂ ਕਿਸੇ ਨੂੰ ਪਲਾਇਆ ਉਹ ਵੀ ਉਹਦਾ ਉਸ ਵੇਲੇ ਹਉਂ ਦਰਦੀ ਬਣ ਜਾਂਦਾ ਰੋਕਣ ਬਾਸ ਤੇ ਕੀ ਕਰਨਾ ਕੀ ਟਾਈਮ ਹੈ ਇਸ ਲਈ ਤੂੰ ਫਲਾਣਾ ਕੰਮ ਕਰਨਾ ਹੈ ਫਲਾਣਾ ਕਰਨਾ ਹੈ ਫਲਾਣਾ ਕਰਨਾ ਹੈ 50 ਕੰਮ ਉਸ ਨੂੰ ਦੱਸ ਦੇਣਗੇ ਕਿਹੜਾ ਟਾਈਮ ਹੈ ਬੰਦੇ ਦਾ ਸੋਚਿਆ ਜਾਵੇ ਤੇ ਟਾਈਮ ਹੈ ਕਿਹੜਾ ਹੈ ਸਾਦਾ ਤੇ ਪਤਾ ਨਹੀਂ ਆਉਣਾ ਵੀ ਆਜਾ ਨਹੀਂ ਆਉਣਾ ਇੱਕ ਮੁਸਲਮਾਨ ਫਕੀਰ ਨੇ ਫਰਮਾਇਆ ਕਿ ਆਦਮੀ ਜਿਹੜਾ ਆਦਮੀ ਕਾਦੇ ਨਾਲ ਆਦਮੀ ਹੈ ਆਦਮ ਮੁਸਲਮਾਨ ਕਹਿੰਦੇ ਉਸ ਨੂੰ ਦਮ ਸਾਹ ਨੂੰ ਆਦਮ ਜੇ ਦਮ ਆਇਆ ਤੇ ਆਦਮੀ ਹੈ ਜੇ ਨਹੀਂ ਆਇਆ ਤੇ ਕੁਝ ਵੀ ਨਹੀਂ ਮਿੱਟੀ ਹੈ ਕੋਈ ਗਾਰੰਟੀ ਨਹੀਂ ਕਿਸੇ ਦੀ ਪਤਾ ਨਹੀਂ ਰਾਤ ਆਉਣੀ ਜਾਂ ਦਿਨ ਆਉਣਾ ਜਾਂ ਨਹੀਂ ਆਉਣਾ ਕਿਸ ਵਕਤ ਅਸੀਂ ਬੰਦਗੀ ਕਰਾਂਗੇ ਇਹ ਸੰਤ ਮਹਾਂਪੁਰਖ ਹੀ ਸਾਨੂੰ ਸਮਝਾਉਂਦੇ ਆ ਕਿ ਭਾਈ ਮਨੁੱਖਾ ਜਨਮ ਜਰ ਰਹਿੰਦੇ ਹੋਈ ਤੁਸੀਂ ਆਪਣਾ ਟਾਈਮ ਜਿਹੜਾ ਹੈ ਉਹ ਭਜਨ ਸਿਮਰ ਚ ਲਾ ਦਿਓ ਆਪਣੇ ਮਾਲਕ ਵੱਲ ਲਗਾਓ ਤਾਂ ਕਿ ਤੁਹਾਨੂੰ ਕੋਈ ਨਾ ਕੋਈ ਫਾਇਦਾ ਮਿਲ ਜਾਏ ਬਾਕੀ ਦੁਨੀਆ ਦਾ ਜੀਵ ਕੋਈ ਬੰਦਾ ਵੀ ਕਿਸੇ ਨੂੰ ਕਹਿਣ ਵਾਸਤੇ ਤਿਆਰ ਨਹੀਂ ਹਾਂਜੀ ਜਬ ਸੱਚਾ ਹੋਏ ਚਲੇ ਤਗਰ ਗੁਰੂ ਤਬ ਕੇ ਰੋਕੇ ਆਏ ਉੱਚ नीच कहे वचन ਤੋਖ ਕੇ ਮਨ ਕੋ ਤੇਰੇ ਦੇ ਪਰਮਾ ਸਵਾਮੀ ਜੀ ਇੱਕ ਸ਼ਬਦ ਫਰਮਾਉਂਦੇ ਹੈ ਕੋਈ ਸੱਜਣ ਬਣ ਪਰਮਾਵੇ ਕੋਈ ਦੁਸ਼ਮਣ ਬਣ ਤਮਕਾਵੇ ਜਦੋਂ ਸੱਜਣ ਬਣ ਕੇ ਸਮਝਾਉਂਦਾ ਹੈ ਜੇ ਜੀਵ ਨਹੀਂ ਸਮਝਦਾ ਤਾਂ ਫਿਰ ਉਸ ਨੂੰ ਉਲਟੇ ਫੁਲਟੇ ਬਚਨ ਕਹਿੰਦਾ ਹੈ ਜਦੋਂ ਕਿਸੇ ਨੂੰ ਉਲਟੇ ਫੁਲਟੇ ਬਚਨ ਕੇ ਹੈ ਫਿਰ ਵੀ ਉਹਦਾ ਮਨ ਨਹੀਂ ਲੱਗਦਾ ਭਜਨ ਤੇ ਉਹ ਫਿਰ ਸੋਚਾਂ ਵਿਚਾਰਾਂ ਚ ਕਈ ਦਿਨ ਲੰਘ ਜਾਂਦੇ ਹੈ ਕਿ ਮੈਂ ਇਸ ਗੱਲ ਦਾ ਆ ਜਵਾਬ ਦੇਣਾ ਸੀ ਇਸ ਗੱਲ ਦਾ ਉਹਨੂੰ ਆ ਜਵਾਬ ਦੇਣਾ ਸੀ ਇਸ ਦਾ ਆ ਜਵਾਬ ਦੇਣਾ ਸੀ ਕਈ ਦਿਨ ਸੋਚਾਂ ਵਿਚਾਰਾਂ ਦੇ ਵਿੱਚ ਹੀ ਉਹਦੇ ਗਲਤ ਜਾਂਦੇ ਇਹ ਹਾਲਤ ਦੁਨੀਆ ਦੀ ਹੈ ਇਹ ਵੀ ਦੁਸ਼ਮਣੀ ਹੈ ਇਹ ਬਹੁਤ ਵੱਡੀ ਦੁਸ਼ਮਣੀ ਹੈ ਜਿਹੜਾ ਭਜਨ ਦਾ ਇੱਕ ਟਾਈਮ ਨਹੀਂ ਲੱਗਣਾ ਬੰਦੇ ਦਾ ਉਧਰ ਧਿਆਨ ਨਹੀਂ ਲੱਗਣਾ ਸੋਚਾਂ ਵਿਚਾਰਾਂ ਦੇ ਵਿੱਚ ਰਹਿਣਾ ਇਹ ਵੀ ਪਾਪ ਹੈ ਤਾਦੀ ਹੀ ਲੱਗ ਸਕਦਾ ਜੇ ਸ਼ਾਂਤੀ ਪਿਆਰ ਮੁਹੱਬਤ ਹੋਵੇ ਤੇ ਤਾਦੀ ਉਸ ਪਾਸੇ ਟਾਈਮ ਲੱਗਦਾ ਹੈ ਜਦੋਂ ਕਿਸੇ ਨੂੰ ਉਲਟੇ ਫੁਲਟੇ ਲਫ਼ਜ਼ ਕਹਿ ਦਿਓ ਗਲਤ ਕਹਿ ਦਿਓ ਉਹ ਸੋਚਦਾ ਹੀ ਰਹਿੰਦਾ ਬੰਦਾ ਕਿ ਮੈਂ ਇਹਦਾ ਜਵਾਬ ਆ ਦੇਣਾ ਸੀ ਆ ਦੇਣਾ ਸੀ ਆ ਦੇਣਾ ਸੀ ਕਈ ਦਿਨ ਸੋਚਾਂ ਵਿੱਚ ਪਿਆ ਰਹਿੰਦਾ ਹੈ ਕਿਤਨਾ ਪਾਪ ਹੈ ਇਹ ਵੀ ਗਲਤ ਗਿਆ ਉਹ ਸਮਾਂ ਹੀ ਗਲਤ ਚੱਲ ਜਾਂਦਾ ਹੈ ਇਹ ਵੀ ਠੱਗੀ ਹੈ ਇਹ ਵੀ ਠੱਗੀ ਹੈ ਸਾਡੇ ਨਾਲ ਇਹ ਕਬੀਰ ਸਾਹਿਬ ਨੂੰ ਜਦੋਂ ਜਾ ਕੇ ਕਬੀਰ ਸਾਹਿਬ ਦੇ ਸ਼ਰਧਾਲੂਆਂ ਨੇ ਕਿਹਾ ਮਹਾਰਾਜ ਲੋਕ ਤੁਹਾਡੀ ਨਿੰਦਿਆ ਕਰਦੇ ਐ ਸਾਡੇ ਕੋਲੋਂ ਬਰਦਾਸ਼ਤ ਨਹੀਂ ਹੁੰਦੀ ਕਬੀਰ ਸਾਹਿਬ ਨੇ ਕਿਹਾ ਸੋਚਿਆ ਕਿ ਜੇ ਅਸੀਂ ਕਿਸੇ ਨੂੰ ਪੁੱਛਿਆ ਤੂੰ ਕਰਨਾ ਤਾਂ ਉਹ ਕਹਿੰਦਾ ਮੈਂ ਨਹੀਂ ਕਰਦਾ ਤਦ ਵੀ ਸਾਡਾ ਟਾਈਮ ਗਿਆ ਉਹਨਾਂ ਨੂੰ ਕਿਹਾ ਕਬੀਰ ਸਾਹਿਬ ਨੇ ਕਿ ਕਰਨ ਦਿਓ ਨਿੰਦੋ ਨਿੰਦੋ ਲੋਕੋ ਮੈਨੂੰ ਨਿੰਦੋ ਨਿੰਦਿਆ ਮੇਰੀ ਮਾਤਾ ਔਰ ਪਿਤਾ ਹੈ ਮੇਰੇ ਬੜੇ ਪਿਆਰੇ ਹੈ ਨਿੰਦਕ ਦੇ ਪ੍ਰਤਾਪ ਦੇ ਨਾਲ ਅਸੀਂ ਪਾਰ ਲੰਘ ਗਿਆਂ ਨਿੰਦਕ ਵਿੱਚ ਡੁੱਬ ਗਿਆ ਹੈ ਨਿੰਦਕ ਸਾਡਾ ਮਜ਼ਦੂਰ ਇੱਕ ਕਿਸਮ ਦਾ ਮਜ਼ਦੂਰੀ ਕਰ ਰਿਹਾ ਬਿਨਾਂ ਪੈਸਿਆਂ ਦੇ ਨਿੰਦੋ ਮੈਨੂੰ ਬੜੀ ਪਿਆਰੀ ਹੈ ਨਿੰਦਿਆ ਨਿੰਦਿਆ ਦੇ ਨਾਲ ਮੇਰੀ ਤਰੱਕੀ ਹੋ ਰਹੀ ਹੈ ਜਿੱਥੇ ਮੇਰਾ ਨਹੀਂ ਪਤਾ ਉੱਥੇ ਵੀ ਪਤਾ ਲੱਗ ਜਾਂਦਾ ਹੈ ਉੱਥੇ ਵੀ ਜਾ ਕੇ ਪਤਾ ਦੇ ਆਉਂਦੇ ਆ ਨਿੰਦਕ ਇਸ ਵਾਸਤੇ ਫਕੀਰ ਬੜੀ ਸਮਝਦਾਰੀ ਨਾਲ ਬਚਦੇ ਐ ਨਹੀਂ ਤਾਂ ਲੋਕੀ ਬਚਨ ਨਹੀਂ ਦਿੰਦੇ ਬਚਨ ਨਹੀਂ ਦਿੰਦੇ ਹੈਗੇ ਇਹ ਬਹੁਤ ਹੀ ਕੋਈ ਮਾਲਕ ਦੀ ਮਿਹਰ ਹੋਵੇ ਤੇ ਬਚੇ ਤੇ ਬਚੇ ਨਹੀਂ ਤਾਂ ਨਹੀਂ ਹਾਂਜੀ ਊਚ ਨੀਚ ਕਹੇ ਬਚਨ ਤੋਖ ਸਮਝ ਬੂਝ ਕਰ ਹੈ ਇਹ ਬਹਿਰਿਤ ਦਿਖਲਾਏ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਰਹਿਣਾ ਵੀ ਇਹਨਾਂ ਦੇ ਵਿੱਚ ਹੈ ਔਰ ਰਹਿਣਾ ਵੀ ਸਮਝ ਬੂਝ ਕੇ ਜਾਣਾ ਵੀ ਕੋਈ ਜੰਗਲਾਂ 'ਚ ਨਹੀਂ ਜਾਣਾ ਜੰਗਲਾਂ 'ਚ ਜਿਹੜੇ ਫਕੀਰ ਜਾਂਦੇ ਐ ਤਪੱਸਿਆ ਕਰਦੇ ਐ ਉਹਨਾਂ ਨੂੰ ਫੇਰ ਵਸਦੀਆਂ ਚਾਉਣਾ ਪੈਂਦਾ ਏ ਕਿਉਂਕਿ ਮਨ ਦੀਆਂ ਖਾਸ਼ਾਂ ਜਿਹੜੀਆਂ ਉਹ ਮੁੱਕਦੀਆਂ ਨਹੀਂ ਟਰਾਈ ਇਹਦੀ ਇੱਥੇ ਹੀ ਹੋਣੀ ਐ ਇਸੇ ਦੁਨੀਆ ਦੇ ਵਿੱਚ ਹੀ ਜੋ ਸਹਿਜ ਮਤ ਜੋਗ ਦੇ ਫਕੀਰ ਨੇ ਉਹ ਇਹੀ ਕਹਿੰਦੇ ਐ ਕਿ ਰਹਿਣਾ ਇੱਥੇ ਹੀ ਐ ਜਾਣਾ ਕਿਤੇ ਵੀ ਨਹੀਂ ਲੇਕਿਨ ਸਮਝਬੂਝ ਕੇ ਰਹਿਣਾ ਸਹਿਜੋ ਬਾਈ ਨੇ ਸਹਿਜੋ ਬਾਈ ਕੀ istri ਹੋਈ ਆ ਉਸਨੇ ਬਹੁਤ ਤਪੱਸਿਆ ਕੀਤੀ ਹੈ ਉਸਨੇ ਆਪਣੀ ਬਾਣੀ ਚ ਲਿਖਿਆ ਹੈ ਸਹਿਜੋ ਜਗਤ ਵਿੱਚ ਰਹਿਣਾ ਤੇ ਕਿਸ ਤਰ੍ਹਾਂ ਰਹਿਣਾ ਜਿਸਨਾ ਮੱਖ ਵਿੱਚ ਜੀਬ ਰਹਿੰਦੀ ਹੈ ਜੀਬ ਦਾ ਇਸ਼ਾਰਾ ਦਿੱਤਾ ਹੈ ਜਿਸਨਾ ਮੱਖ ਚ ਜੀਬ ਰਹਿੰਦੀ ਹੈ ਖਾਣੇ ਨੂੰ ਬਲ ਬਲ ਕੇ ਦੰਦਾਂ ਦੇ ਥੱਲੇ ਜੀਬ ਦੇਗੀ ਲੇਕਿਨ ਆਪ ਨਹੀਂ ਆਉਂਦੀ ਖਾਣਾ ਨੂੰ ਇਕੱਠਾ ਕਰਕੇ ਦੰਦਾਂ ਦੇ ਥੱਲੇ ਲੈ ਆਉਂਦੀ ਆ ਆਪੇ ਫੋੜੋਂ ਨਿਕਲ ਜਾਂਦੀ ਏ। ਔਰ ਜਦ ਵੀ ਖਾਣਾ ਬਰੀਕ ਹੁੰਦਾ ਹੈ ਤੇ ਫਿਰ ਉਹਦੇ ਉਸ ਖਾਣੇ ਨੂੰ ਆਪਣੇ ਉਤੇ ਜੀਭ ਦੇ ਲੈ ਕੇ ਉਹਦਾ ਜੈਕਾ ਸਵਾਦ ਜਿਹੜਾ ਹੈ ਉਹ ਫਿਰ ਦੱਸਦੀ ਏ। ਇਸੇ ਤਰ੍ਹਾਂ ਫਕੀਰ ਜਿਹੜੇ ਐ ਉਹ ਰਹਿੰਦੇ ਇਸੇ ਦੁਨੀਆ ਵਿੱਚ ਨੇ। ਮੱਖਣ ਮੱਖਣ ਸੰਤੋ ਖਾਇਆ ਸ਼ਾ ਪੀਆ ਸੰਸਾਰਾ ਉਹ ਮੱਖਣ ਕਿਹੜਾ ਖਾਦਾ ਸੰਤਾਂ ਨੇ ਕਿ ਸ਼ਬਦ ਸ਼ਬਦ ਦੀ ਲਜਤ ਲਈ ਔਰ ਸੰਸਾਰ ਜਿਹੜਾ ਹੈ ਇਹ ਸ਼ਾ ਲੱਸੀ ਪੀਂਦਾ ਰਿਹਾ ਇਹਦੇ ਚ ਨਾ ਤਰਵਤ ਹੈ ਨਾ ਇਹਦੇ ਚ ਮੱਖਣ ਹੈ ਲੜਾਈ ਝਗੜਾ ਸਾਰਾ ਲੜਾਈਆਂ ਝਗੜਿਆਂ ਦਾ ਕੰਮ ਬਣ ਗਿਆ ਇਹਨਾਂ ਨੂੰ ਕੁਝ ਨਹੀਂ ਮਿਲਣਾ ਔਰ ਸੰਤ ਸ਼ਬਦ ਦਾ ਰਸ ਲੈ ਗਏ ਇਹਨਾਂ ਦੇ ਵਿੱਚ ਰਹਿੰਦੇ ਹੋਈ ਇਹ ਸਹਿਜੋ ਕਿ ਇਸ ਤਰ੍ਹਾਂ ਸੰਸਾਰ ਵਿੱਚ ਰਹਿਣਾ ਜੀ ਜਿਸਨਾ ਮੌਖ 'ਚ ਜੀਵ ਰਹਿੰਦੀ ਔਰ ਆਪਣੀ ਜ਼ਿੰਦਗੀ ਬਾਰੇ ਸਹਿਜੋ ਬਾਈ ਨੇ ਫਰਮਾਇਆ ਚੱਲਣਾ ਹੈ ਰਹਿਣਾ ਨਹੀਂ ਚੱਲਣਾ ਬਿਸਵਾ ਵੀਸ ਐ ਸਹਿਜੋ ਤਿੰਨ ਕ ਸੁਹਾਗ ਪਰ ਕਾਹੇ ਗਦਾਵੇ ਸੀਸ ਇੱਕ ਤਿੰਨ ਕ ਜਿਹੜਾ ਤੋੜਦਿਆਂ ਕਿੰਨਾ ਕੁ ਚਿਰ ਲੱਗਦਾ ਏ ਚੱਲਣਾ ਹੈ ਰਹਿਣਾ ਨਹੀਂ ਸਹਿਜੋ ਬਾਈ ਨੇ ਕਿਹਾ ਕਿ ਜਾਣਾ ਹੀ ਜਾਣਾ ਇੱਕ ਦਿਨ ਇੱਕ ਤਣਕਾ ਜਿਹੜਾ ਤੋੜਨਾ ਹੈ ਉਹ ਤੇ ਕਿੰਨਾ ਚਿਰ ਲੱਗਦਾ ਹੈ ਕੁਝ ਵੀ ਨਹੀਂ ਲੱਗਦਾ ਇਹ ਤੇਰੀ ਜ਼ਿੰਦਗੀ ਹੈ ਕਾਹੇ ਗਿਣਾਵੇਂ ਸੀਸ ਕਾਹਦੇ ਤੇ ਸ਼ੌਂਕਾਂ ਕਰਨੀਆਂ ਨੇ ਜ਼ਿੰਦਗੀ ਤੇ ਹੋ ਹੈ ਹੀ ਨਹੀਂ ਜਿਹੜਾ ਜਿਹੜਾ ਵੀ ਨਾਮ ਦੀ ਕਮਾਈ ਕੀਤੀ ਹੈ ਉਹਨਾਂ ਤਜਰਬੇ ਕੀਤੇ ਹਾਂਜੀ ਇਨ ਸੇ ਰਹਿਣਾ ਸਮਝ ਬੂਝ ਕਰੇ ਸੋ ਅਰਥ ਇਹ ਸੰਗੀ ਨੇ ਕਿਸੇ ਦਾ ਵਿਸਾਰਤ ਹੁੰਦਾ ਰਹੇ ਉਹ ਸੱਜਣ ਬਣਿਆ ਰਹਿੰਦਾ ਏ ਜੇ ਦਾ ਸਵਾਰਤ ਨਾ ਹੋਵੇ ਉਹ ਦੁਸ਼ਮਣ ਬਣ ਜਾਂਦਾ ਹੈ ਭਰਾ ਭਰਾ ਦਾ ਦੁਸ਼ਮਣ ਬਣ ਜਾਂਦਾ ਪਿਓ ਪੋਤਾ ਬਣ ਜਾਂਦਾ ਤੀਆਂ ਪੁੱਤਰ ਸਭ ਬਣ ਜਾਂਦੇ ਆਗੇ ਰਿਸ਼ਤੇਦਾਰ ਬਣ ਜਾਂਦੇ ਦੁਸ਼ਮਣ ਅਗਰ ਕਿਸੇ ਦਾ ਸਵਾਰਤ ਹੁੰਦਾ ਰਹਿੰਦਾ ਹੈ ਤਾਂ ਉਹ ਸੱਜਣ ਬਣਿਆ ਰਹਿੰਦਾ ਹਾਂਜੀ ਤੇਰੀ ਹਾਨ ਲਾਬ ਨਹੀਂ ਸੋਚੇ ਆਪਣੇ ਸਵਾਰਥ ਰਹੇ ਲਪਟਾਏ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ ਐ ਪੁਰਸ਼ ਤੇਰੀ ਹਾਨ ਤੇ ਲਾਭ ਬਾਰੇ ਕੋਈ ਨਹੀਂ ਸੋਚਦਾ ਆਪਣੇ ਸਵਾਰਥ ਵਿੱਚ ਹੀ ਲਪਟੇ ਪਏ ਹੈ ਕੀ ਨਾਂ ਦਾ ਸਵਾਰਤ ਹੁੰਦਾ ਰਵੇ ਤੇਰਾ ਭਾਵੇਂ ਜੋ ਮਰਜੀ ਹਾਲ ਹੋਵੇ ਤੂੰ ਇਹਨਾਂ ਦਾ ਸਵਾਰਤ ਕਰ ਇਹਨਾਂ ਦੀਆਂ ਗਰਜ਼ਾਂ ਪੂਰੀਆਂ ਕਰੀ ਜਾ ਤੂੰ ਭਾਵੇਂ ਸਜ਼ਾ ਘਟ ਚਾਹੇ ਜੇਲਾ ਚ ਚਲੇ ਜਾਏ ਚਾਹੇ ਨਰਕਾਂ ਚ ਚਲੇ ਜਾ ਤੇਰਾ ਕੋਈ ਫਿਕਰ ਨਹੀਂ ਨਾਨਾ ਹੋਰ ਦੁਨੀਆ ਦੇ ਵਿੱਚ ਦੇਖ ਲਓ ਤੁਸੀਂ ਐ ਵੀ ਇਹੀ ਚਾਲ ਚੱਲ ਰਹੀ ਹੈ ਪਰਾ ਪਰਾ ਦਾ ਬੈਰੀ ਬਣ ਜਾਂਦਾ ਪੁੱਤ ਪਿਓ ਦਾ ਪਰੀ ਬਣ ਜਾਂਦਾ ਔਰ ਰਿਸ਼ੇਦਾਰ ਸੱਜਣ ਮਿੱਤਰ ਜਿਹਦਾ ਨਹੀਂ ਕੋਈ ਖਾਨਾ ਪੂਰਾ ਹੁੰਦਾ ਉਹੀ ਦੁਸ਼ਮਣ ਬਣ ਜਾਂਦਾ ਹੈਗਾ ਹਾਂਜੀ ਤੇਰੀ ਹਾਨ ਲਾਭ ਨਹੀਂ ਸੋਚੇ अपने स्वार्थ रहे لپਟाये तू भी चतुरा गोरे का प्यारा उन संग रहे गुरु चरण समा ਮੇਜੀ ਮਹਾਰਾਜ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਐ ਪੁਰਸ਼ ਤੇਰੀ ਅਕਲਬੰਦੀ ਜਿਹੜੀ ਹੈ ਸਮਝਦਾਰੀ ਜਿਹੜੀ ਹੈ ਉਹ ਇਹ ਹੈ ਕਿ ਰੋ ਉਹਨਾਂ ਦੇ ਨਾਲ ਉਹਨਾਂ ਦੇ ਸੰਗ ਹੀ ਰੋ ਪਰ ਸਤਗੁਰ ਦੇ ਚਰਨ ਨਾ ਛੱਡੀ ਸਤਗੁਰ ਦੇ ਚਰਨ ਨਾ ਛੱਡੀ ਇਹ ਤੇਰੀ ਅਕਲਬੰਦੀ ਸਮਝਦਾਰੀ ਤਦ ਹੈ ਅਗਰ ਤੂੰ ਸਤਗੁਰ ਦੇ ਚਰਨ ਛੱਡਦੇ ਤੇ ਸੰਗਤ ਛੱਡਦੇ ਤੀ ਫੇਰ ਤੂੰ ਧੋਖਾ ਖਾ ਗਿਆ ਫੇਰ ਤੈਨੂੰ ਧੋਖਾ ਲੱਗ ਗਿਆ ਬਿਸ਼ਕੁਣ ਦੇ ਨਾਲ ਰੋ ਲੇਕਿਨ ਤੂੰ ਆਪਣੀ ਲੈਣ ਨਾ ਛੱਡ ਹਾਂਜੀ ਤੂੰ ਭੀ ਚਤੋਰਾ ਗੋਰੇ ਕਾ ਪਿਆਰਾ ਉਹ ਸੰਗ ਰਹਿ ਗੁਰ ਚਰਨ ਸਮਾ ਭੀਸ ਭੰਤ ਪਲਾਈ ਤੇਰੀ ਭਗਤ ਨਾ ਥਕਤੀ ਜਾਏ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਆ ਕਿ ਉਹਨਾਂ ਨੂੰ ਇਸ ਤਰੀਕੇ ਨਾਲ ਭੁਲਾ ਦੇ ਤੇਰੀ ਭਗਤੀ ਵੀ ਥੱਕੇ ਨਾ ਜਬਰਦਸਤੀ ਨਾਲ ਨਹੀਂ ਬੌਰ ਬੌਰ ਤੋਂ ਭਗਤ ਕਮਾਏ ਕਈ ਵਾਰ ਦਰਿਆਵਾਂ ਦੇ ਤਾਰੂਆਂ ਦੀ ਹਜ਼ੂਰ ਸਾਹੀ ਫਰਾਂ ਸੁਣਾਉਂਦੇ ਹੁੰਦੇ ਸੀ ਕਿ ਐਸ ਦੁਸ਼ਮਨਾ ਚੋਂ ਨਿਕਲਣਾ ਜਿਹੜਾ ਹੈ ਇਹ ਬੜੇ ਹਿਸਾਬ ਦੇ ਨਾਲ ਨਿਕਲਣਾ ਹੈ ਭਗਤੀ ਵੀ ਕਰਨੀ ਹੈ ਔਰ ਇਹਨਾਂ ਕੋਲੋਂ ਨਿਕਲਣਾ ਵੀ ਹੈ ਤਾਰੂ ਜਿਹੜੇ ਦਰਿਆਵਾਂ ਦੇ ਹੁੰਦੇ ਐ ਅਸੀਂ ਦਰਿਆ ਨਹੀਂ ਟੱਪ ਸਕਦੇ ਜਿਹੜੇ دریاਵਾ ਦੇ ਤਾਰੂ ਉਹ ਟਰੱਪ ਵੀ ਜਾਂਦੇ ਆ ਸਵਾਰੀ ਨੂੰ ਵੀ ਲੈ ਜਾਣਗੇ ਸਵਾਰੀ ਦਾ ਸਮਾਨ ਵੀ ਲੈ ਜਾਣਗੇ ਕਿਉਂ ਉਹਨਾਂ ਨੇ ਕੋਰਸ ਕੀਤਾ ਹੈ ਉਹਨਾਂ ਦਾ ਕੀ ਕੋਰਸ ਹੈ ਹੌਲੀ-ਹੌਲੀ ਉਹ ਚੱਲਦੇ ਜਾਂਦੇ ਆ ਪਾਣੀ ਢਾਲ ਜੀ ਫੜ ਲੈਂਦੇ ਆ ਪਾਣੀ ਨੂੰ ਘਟਦੇ ਜਾਂਦੇ ਸਿੱਧਾ ਨਹੀਂ ਜਾਂਦੇ ਢਾਲ ਫੜ ਲੈਂਦੇ ਆ ਇੱਕਦਮ ਬੰਨਣ ਲੱਗ ਜਾਂਦੇ ਆ ਔਰ ਸਵਾਰੀ ਨੂੰ ਵੀ ਲੈ ਜਾਂਦੇ ਆ ਉਹਦਾ ਸਮਾਨ ਵੀ ਲੈ ਜਾਂਦੇ ਆ ਤੂੰ ਵੀ ਇਸਰਾ ਢਾਲ ਫੜ ਲੈ ਬੌਰ ਬੌਰ ਤੋਂ ਭਗਤ ਕਮਾਏ ਤੂੰ ਬੌਰਾ ਜਿਹਾ ਹੋ ਕੇ ਭਗਤੀ ਕਮਾਲਾ ਰੋ ਪਾਇਨਾ ਦੇ ਵਿੱਚ ਹੀ ਪਰ ਭਗਤੀ ਕਮਾਲਾ ਦੇਖੀ ਕਿਤੇ ਭਗਤੀ ਛਾੜ ਨਾ ਦੇ ਕਿ ਐਸੀ ਜ਼ਬਰਦਸਤੀ ਨਾ ਕਰੀਂ ਕਿ ਜਿਹਦੇ ਨਾਲ ਤੂੰ ਥੱਕ ਹੀ ਜਾਏ ਜਿਨ੍ਹਾਂ ਜਿਨ੍ਹਾਂ ਨੇ ਭਗਤੀ ਕਮਾਈ ਹੈ ਮਿਹਨਤ ਕੀਤੀ ਹੈ ਉਹ ਬੌਰੇ ਜੇ ਹੋ ਕੇ ਭੋਲੇ ਜੇ ਬਣ ਕੇ ਹੋਲੀ-ਹੋਲੀ ਨਿਕਲ ਗਏ ਜ਼ਬਰਦਸਤੀ ਨਾਲ ਨਹੀਂ ਜ਼ਬਰਦਸਤੀ ਨਾਲ ਕੋਈ ਕੰਮ ਨਹੀਂ ਹੋ ਸਕਦਾ ਹਾਂਜੀ ਉਹਨ ਕੋ ਬੀਸਪਾਂਤ ਪਲਾਈ ਤੇਰੀ ਪਗਤ ਨਾ ਥਕਤੀ ਜਾ ਗਤਨਾਮ ਸੇ ਕੋਈ ਤਰ੍ਹਾਂ ਕਾਬੂ ਨਹੀਂ ਪਾਏ ਗੁਰੂ ਸਾਹਿਬ ਜੀ ਬੜੇ ਪਿਆਰ ਨਾਲ ਸਮਝਾ ਰਹੇ ਹੈ ਕਿ ਜਿਹੜੇ ਭਗਤੀ ਤੂ ਬੇਮੁਖ ਜੀਵ ਨੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਵੀ ਤੁਸੀਂ ਸਮਝਾਓ ਉਹ ਨਹੀਂ ਸਮਝ ਸਕਦੇ ਹਜ਼ਰਤ ਬਉ ਸਾਹਿਬ ਨੇ ਬਾਣੀ 'ਚ ਲਿਖਿਆ ਹੈ ਪੱਥਰ ਜਿਨ੍ਹਾਂ ਦੇ ਚਿੱਤ ਬਉ ਉਥੇ ਜਾਇਆ ਵਸਨਾ ਨਹੀਂ ਆ ਹੋ ਜਿਨ੍ਹਾਂ ਦੇ ਚਿੱਤ ਪੱਥਰ ਨੇ ਉਥੇ ਰਹਿਮਤ ਦਾ ਮੀਂਹ ਵੀ ਵਰਸੇਗਾ ਤੁਸੀਂ ਜਿੰਨਾ ਮਰਜ਼ੀ ਉਹਦੇ ਨਾਲ ਪਿਆਰ ਕਰੋ ਲੇਕਿਨ ਉਹਨੂੰ ਅਸਰ ਨਹੀਂ ਹੋਏਗਾ ਸੀਨੇ ਨਰਮ ਨਹੀਂ ਹੁੰਦੇ ਕਾਫਰਾਂ ਦੇ ਚਾਹੇ ਨਾਲ ਜ਼ਬਾਨ ਦੇ ਚੱਟੀਏ ਜਿਹਦਾ ਚਿੱਤ ਪੱਥਰ ਹੈ ਉਹਨੂੰ ਤੁਸੀਂ ਜਿੰਨਾ ਮਰਜੀ ਸਮਝਾਓ ਜਿੰਨਾ ਮਰਜੀ ਪਿਆਰ ਕਰੋ ਉਹ ਨਹੀਂ ਸਮਝ ਸਕਦਾ ਕਿਉਂ ਉਹ ਭਗਤੀ ਤੋਂ ਬੇਮੋਖ ਹੈ ਜਿਹੜਾ ਭਗਤੀ ਤੋਂ ਬੇਮੋਖ ਉਹ ਸਮਝਣ ਦਾ ਕੋਈ ਮਤਲ ਨਹੀਂ ਉਸਦਾ ਮੁਹੰਮਦ ਸਾਹਿਬ ਦਾ ਚਾਚਾ ਸੀ ਅੰਬੂ ਜੇ ਮਹੰਮਦ ਸਾਹਿਬ ਨੂੰ ਸਾਰੀ ਦੁਨੀਆ ਨੇ ਮੰਨਿਆ ਮੁਸਲਮਾਨਾਂ ਨੇ ਲੇਕਿਨ ਚਾਚੇ ਨੇ ਨਹੀਂ ਮੰਨਿਆ ਆਪਣੀ ਤਾਕਤ ਨਾਲ ਉਹਨਾਂ ਉੱਪਰਲੇ ਦੇਸ਼ਾਂ ਦੇ ਉਹਨੂੰ ਸਹਿਰ ਕਰਾਏ ਤਾਂ ਫੇਰ ਕੀ ਕਿਹਾ ਕਿ ਤੂੰ ਜਾਦੂਗਰ ਹੈ ਉਹਨੂੰ ਪਗੰਬਰ ਨਹੀਂ ਸਮਝਿਆ ਇਹ ਕਿਹਾ ਤੂੰ ਜਾਦੂਗਰ ਹੈ ਨਹੀਂ ਮੰਨਿਆ ਇਸ ਵਾਸਤੇ Swami ji Maharaj farmare hai ਜਿਹੜੇ ਭਗਤੀ ਤੋਂ ਬੇਮੁਖ ਨੇ ਉਹਨਾਂ ਨੂੰ ਜਿੰਨਾ ਮਰਜੀ ਤੁਸੀਂ ਸਮਝਾਵੋ ਉਹ ਨਹੀਂ ਸਮਝ ਸਕਦੇ ਹੋ ਮਨ ਦੇ ਕਾਬੂ ਆਏ ਮਨ ਸਮਝ ਨਹੀਂ ਦਿੰਦਾ ਕੋਈ ਨਾ ਕੋਈ ਕਾਰਨ ਮਨ ਅੱਗੇ ਰੱਖ ਦਿੰਦਾ ਏ ਕੋਈ ਨਾ ਕੋਈ ਬਹਾਨਾ ਰੱਖ ਦਿੰਦਾ ਏ ਹਾਂਜੀ ਜੋ ਬੇਮੁਖ ਗੁਰੂ ਭਗਤ ਨਾਮ ਸੇ ਕੋਈ ਤਰ੍ਹਾਂ ਕਾਬੂ ਨਹੀਂ ਲੋ ਸੰਗ ਤੋਂ ਦੋਸ਼ ਨਾਤਾ ਹੈ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਸਮਝਾ ਰਹੇ ਹੈ ਤਾਂ ਕਿਸੇ ਜੁਗਤੀ ਨਾਲ ਪਿਆਰ ਦੇ ਨਾਲ ਵਿਧੀ ਦੇ ਨਾਲ ਅਗਰ ਤੁਸੀਂ ਉਹਨਾਂ ਦਾ ਸੰਗ ਛੱਡ ਵੀ ਦਿਓ ਤਾਂ ਕੋਈ ਦੋਸ਼ ਨਹੀਂ ਹੈ ਕੋਈ ਦੋਸ਼ ਨਹੀਂ ਆਏਗਾ ਜੇ ਉਹਨਾਂ ਦਾ ਕਿਸੇ ਤਰੀਕੇ ਨਾਲ ਸੰਗ ਛੱਡੋ ਜਲਦੀ ਨਹੀਂ तरीके ना। ਸਾंगे ਛੱਡ ਵੀ ਦਿਓਗੇ ਕੋਈ ਤੁਹਾਨੂੰ ਪਾਪ ਨਹੀਂ ਲੱਗਦਾ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿਸੇ ਵਕਤ ਸੱਚ ਨੂੰ ਕਮਾਉਣ ਵਾਸਤੇ ਝੂਠ ਵੀ ਬੋਲਣਾ ਪੈਂਦਾ ਹੈ। ਲੇਕਿਨ ਝੂਠ ਦਾ ਮੁੱਲ ਕੋਈ ਨਹੀਂ। ਜਦੋਂ ਤੁਸੀਂ ਝੂਠ ਬੋਲ ਕੇ ਸੱਚ ਕਮਾ ਲੈਣਾ ਤੇ ਝੂਠ ਦਾ ਬਣਿਆ ਕੀ? ਝੂਠ ਦੀ ਕੋਈ ਕੀਮਤ ਨਹੀਂ ਹੈ। ਹਾਂ ਝੂਠ ਬੋਲ ਕੇ ਝੂਠ ਨਹੀਂ ਕਮਾਇਆ ਜਾਏ। ਫੇਰ ਪਾਪ ਹੈ। ਝੂਠ ਬੋਲ ਕੇ ਝੂਠ ਕਮਾਇਆ ਜਾਏ ਫਿਰ ਉਹਦਾ ਕਰਮ ਹੈ ਅਗਰ ਝੂਠ ਬੋਲ ਕੇ ਸੱਚ ਕਮਾਇਆ ਜਾਏ ਤਾਂ ਫਿਰ ਕੁਝ ਨਹੀਂ ਫਰਕ ਪੈਂਦਾ ਆਪਣੇ ਪਿਆ ਦੇ ਮਿਲਣੇ ਕਾਰਨ ਸੌ ਸੌ ਮਕਰ ਬਣਾਈਦਾ ਆਪਣੇ ਉਸ مالک ਦੇ ਮਿਲਣ ਵਾਸਤੇ ਕਈ ਮਕਰ ਤੇ ਕਈ ਢੰਗ ਬਣਾਣੇ ਪੈਂਦੇ ਆ ਇੱਕ ਫਕੀਰ ਨੇ ਬੜਾ ਸੋਹਣਾ ਫਰਮਾਇਆ ਇੱਕ ਕੁੱਤੀ ਮਰੇ ਫਕੀਰ ਜੀ ਜਿਹੜੀ ਨਿਤ ਟਾਉ ਟਾਉ ਕਰੇ ਪੰਜ ਸੱਤ ਮਰਨ ਗਵਾੰਡਣਾ ਰਹਿੰਦੀਆਂ ਨੂੰ ਤਾਪ ਚੜੇ ਮੈਂ ਜਾਏ ਮਿਲਾ ਆਪਣੇ ਪੀਰ ਨੂੰ ਮੇਰੇ ਰਾਹ ਵਿੱਚ ਕੋਈ ਨਾਲੇ ਕੁੱਤੀ ਕਿੜੀਏ ਦੁਨੀਆ ਦੀ ਮਾਇਆ ਇਹ ਟੌਟੌ ਕਰਦੀ ਹਰ ਵਕਤ ਪੰਜ ਸੱਤ ਕੌਣ ਨੇ ਪੰਜ ਸਾਡੇ ਅੰਦਰ ਕਾਮ ਕ੍ਰੋਧ ਮੋਹ ਲੋਭ ਹੰਕਾਰ ਮਨ ਔਰ ਮਾਇਆ ਦੂਸਰੀਆਂ ਇਹਦੀਆਂ ਸ਼ਾਖਾਂ ਜਿਹੜੀਆਂ ਨੇ ਪੰਜ ਸੱਤ ਮਰਨ ਗਵੰਡਣਾ ਰੈਂਦੀਆਂ ਨੂੰ ਤਾਪ ਚੜੇ ਜਿਹੜੀਆਂ ਰਹਿੰਦੀਆਂ ਨੇ ਉਹਨਾਂ ਨੂੰ ਬੁਖਾਰ ਚੜ ਜਾਏ ਕੋਈ ਮੰਜੇ ਤਾਂ ਨੋਟੇ ਮੈਂ ਸਿੱਧਾ ਆਪਣੇ ਪੀਰ ਨੂੰ ਜਾ ਕੇ ਮਿਲਾਂਗਾ ਮੈਨੂੰ ਕੋਈ ਰਾਜ ਕੋਈ ਦੇਖੇ ਹੀ ਨਾ ਮੇਰੇ ਰਾਜ ਕੋਈ ੜੇ ਹੀ ਨਾ ਹਾਂਜੀ ਤੋ ਜੋਗਤੀ ਸੇ ਦੀਨ ਬਿਦੀ ਸੇ ਛੋੜ ਚਲੋ ਸੰਗ ਤੋਸ਼ ਨਤਾ ਸਨਮੁਖ ਗੁਰੂ ਭਗਤ ਨਾਮ ਸੇ ਹੋਏ ਕਦਾ ਚਿਤ ਮੇਲ ਮਿਲਾ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ ਕਿ ਜਿਹੜੇ ਸਤਗੁਰੂ ਦੀ ਭਗਤੀ ਕਰਦੇ ਹੈ ਉਹਨਾਂ ਦਾ ਤੇ ਉਹਨਾਂ ਦਾ ਮੇਲ ਨਹੀਂ ਹੋ ਸਕਦਾ ਕਦੀ ਵੀ ਮੇਲ ਨਹੀਂ ਹੋ ਸਕਦਾ ਇੱਕ ਨੇਕ ਭਾਗ ਕੰਮ ਕਰ ਰਿਹਾ ਭਗਤੀ ਕਰ ਰਿਹਾ ਇੱਕ ਨਹੀਂ ਕਰ ਰਿਹਾ ਉਹ ਕਿਸ ਤਰ੍ਹਾਂ ਉਹਨਾਂ ਦਾ ਮੇਲ ਹੋਏਗਾ ਜਿਸ ਤਰ੍ਹਾਂ ਬਾਣੀ ਫਰਮਾਇਆ ਲੋਕ ਕੇ ਜਿਆਨੇ ਮਤਾਂ ਦਿੰਦੇ ਆਸ਼ਿਕਾਂ ਮਤ ਨਹੀਂ ਆਵੇ ਲੋਕ ਜਿਹੜੇ ਬੱਚੇ ਦੀ ਤਰ੍ਹਾਂ ਆਸ਼ਿਕਾਂ ਨੂੰ ਮਤਾਂ ਦਿੰਦੇ ਐ ਲੇਕਿਨ ਆਸ਼ਿਕਾਂ ਨੂੰ ਮਤ ਨਹੀਂ ਆਉਂਦੀ ਉਹ ਲੋਕਾਂ ਦੀ ਮਤ ਲੈਣ ਕੇ ਆਪਣੇ ਸਤਿਗੁਰੂ ਦੀ ਮਤ ਲੈਣ ਜਿਸ ਮਤ ਨਾਲ ਸਾਡੀ ਚਰਾਸੀ ਖਤਮ ਹੋਣੀ ਐ